ਬੀਬੀ ਜੀ ਤੁਹਾਡਾ ਬੰਦਾ ਕਿੱਥੇ ਤੁਹਾਨੂੰ ਸਾਹਿਬ ਜੀ ਨੇ ਨੌਕਰਾਂ ਤੋਂ ਬਹੁਤਾ ਤੁਹਾਨੂੰ ਬੱਚਿਆਂ ਨੂੰ ਪਿਆਰ ਦਿੱਤਾ ਤੇ ਉਠਾਓ ਤੁਹਾਡਾ ਬੰਦਾ ਕਿੱਥੇ ਮੇਰਾ ਬੰਦਾ ਹਲੇ ਸੁੱਤਾ ਪਿਆ ਗੌਰ ਨਾਲ ਵੇਖੋ ਆਪ ਸੁੱਤਾ ਹੈ ਤੇ ਉੱਠਿਆ ਹੈ ਯਾਰ ਤੁਹਾਨੂੰ ਕੀ ਜਾਓ ਮੈਂ ਹੁਣੇ ਉਠਾਨੀ ਆ ਉਠਾਓ ਮਾਨਾ ਮੇਰਾ ਵੱਖਰਾ ਸੀ ਐਂ ਜਿਹਦੇ ਇਹ ਉੱਠਣਾ ਇਹਦਾ ਤੋਂ ਹੱਲ ਕਰੋ ਬੀਬੀ ਜੀ ਘਰ ਦੇ ਵਿੱਚ ਖੁਸ਼ੀ ਹੈ ਤੇ ਤੁਹਾਡਾ ਬੰਦਾ ਇਹ ਕੀ ਕਰਨ ਲੱਗਿਆ ਕੀ ਹੈ ਮਾਰ ਤੋਂ ਖਾਣਾ ਹੈ ਮੈਂ ਉਹਦੇ ਗਲਾਸ ਤੇ ਹਾਂ मेनू फड़ा अपना कौला थोड़ी बहुत तो बचा ला तुम भी पागल हो तो कोई इन खुशी सड़ को बंदो हौसला तेरी तसली जो हौसला मारा एक जा गल कर की मसला नहीं करा सात साल हो गए ने कोई बच्ची बच्चा भी नहीं पिया अपना जुस्सा वेख इतने बच्ची बच्चा भी नहीं होना तेन मैं यार की सही वाल छा तो वही इतने लैके आना जे वेख गई तो तू मेरा लड़ना है ना जे तू मेरी भैन नू तंग करेगा ते मैं भी तेरी भैन नू तंग करांगा ते कर ला मेरी ते भैन है मेरे किस काम ए ना भूल के तेरी भैन भी मेरे घर है आहो यार बट्टे सटे दा कीता हां तुसी क्या ते ठीक है साडे को बट्टा लेके सानू इट देती नवी मोटरसाइकिल लई ते खब्बा इशारा ही तोड़ता मैं कहा खैर है कहंदा मैं जाना ही सजे हुंदा बंदा बड़ा जोली है हां इंजी रड़दा कसाई को गोश्त लेने गया कहंदा पाईया गोश्त दे दे ते बोटी एडीडी रखी ले सालिया 9 किलो गोश्त ले आके बोटी एडीडी रखे ठीक गल है तन्नू हाथ ना लाई है मैं जुमा पढ़ना हुंदा ही ओ तन्नू मैं की हाथ लाणे तन्नू पहले ही बड़े हाथ लगे
ਹੱਥ ਲੱਗੇ ਨੇ ਮੋਟਰਸਾਈਕਲ ਤੇ ਆ ਰਿਹਾ ਨਹੀਂ ਪਾਇਆ ਠੰਡ ਪੈਂਦੀ ਭੈਣ ਤੰਗ ਕਰਦਾ ਇਸ ਲਈ ਮੈਂ ਤੈਨੂੰ ਤੰਗ ਕਰਦਾ ਚਾਹੁੰਦੀ ਆ ਤੇਰਾ ਮੀਂਹ ਕਣੀ ਬਦਲ ਹੋਇਆ ਤੇ ਕੀ ਹੋਇਆ ਤੂੰ ਵੇ ਅਗਲਾ ਹਫਤਾ ਵੀ ਬਾਰਿਸ਼ ਨਾਲ ਦੱਸਦਾ ਹੈ ਚਾਨੀ ਆ ਚੜਦਾ ਬੱਸ ਸਟੈਂਡ ਦੀਦਲੋਂ ਓਏ ਦੁਸ਼ਮਣਾ ਮੋਟਰਸਾਈਕਲ ਤੇ ਜਾ ਰਿਹਾ ਤੇ ਹੈਲਮਟ ਪਾਇਆ ਭੁੱਲ ਗਿਆ ਵਿੱਚ ਹੀ ਥੁੱਕਤਾ ਫੈਸਲਾਬਾਦ ਪੈਦਲ ਜਾ ਰਹੇ ਵਾਪਸੀ ਹੋ ਸਕਦੀ ਸਾਲਾ ਗਟਰ ਚ ਡਿੱਗ ਪਿਆ ਮੈਂ ਕਿਹਾ ਬਾਂਹ ਫੜਾ ਕਹਿੰਦਾ ਬਾਹਰ ਰਹਿਣ ਦੇ ਮੈਨੂੰ ਸ਼ੈਂਪੂ ਫੜਾ ਚਿੱਟਾ ਅਨਪੜ੍ਹ ਤੇ ਵੇਚਣ ਵਾਸਤੇ ਸਟ੍ਰਾਬਰੀ ਲਾ ਲਈ ਤੇ ਸ਼ਾਮ ਤੱਕ ਨਾ ਹੀ ਭੁੱਲ ਗਿਆ ਕਿ ਮੈਂ ਕੀ ਵੇਚਣੇ ਆ ਸ਼ਾਮ ਨੂੰ ਇੱਕ ਗਾਹਕ ਆ ਉਹ ਆ ਕੇ ਕਹਿੰਦਾ ਉਹ ਕੀ ਵੇਚਣੇ ਆ ਅੱਗੋਂ ਕਹਿੰਦਾ ਬੁੱਝ ਹਵਲਾ ਮੈਨੂੰ ਬਹੁਤ ਸਤਾਇਆ ਮੈਂ ਕੀ ਕਰਾਂ ਓਏ ਯਾਰ ਮੇਰੀ ਗੱਲ ਸੁਣੋ ਖੁਦਾ ਦਾ ਵਾਸਤਾ ਸੁਲਾ ਕਰ ਲੋ ਸਾਹਿਬ ਜੀ ਵੱਡੇ ਚੌਧਰੀ ਨੇ ਤੁਹਾਨੂੰ ਪੁੱਤਰਾਂ ਨੂੰ ਰੱਖਿਆ ਇੱਥੇ ਆਹੋ ਤੇ ਅਸੀਂ ਕੀ ਕਰੀਏ ਮੈਂ ਕਹਿੰਦਾ ਲੜਾਈ ਨਾ ਕਰੋ ਸੁਲਾ ਕਰੋ ਚੌਧਰੀ ਬਾਬਰ ਸਾਹਿਬ ਆ ਰਹੇ ਲੰਡਨ ਤੋਂ ਨੇਜ਼ੇਬਾਜ਼ੀ ਦਾ ਮੁਕਾਬਲਾ ਜਿੱਤ ਕੇ ਅੱਜ ਤੁਸੀਂ ਉਹਨਾਂ ਨੂੰ 에어ਪੋਰਟ ਤੋਂ ਲੈਣ ਜਾਣਾ ਅੱਛਾ ਜੀ 에어ਪੋਰਟ ਇਹਨੇ ਤੁਹਾਡੇ ਨਾਲ ਜਾਣਾ ਅੱਜ ਚੌਧਰੀ ਬਾਬਰ ਸਾਹਿਬ ਆ ਰਹੇ ਨੇ ਹਾਂ ਇੰਗਲੈਂਡ ਤੋਂ ਜੀ ਕਾਰ 'ਚ ਬੈਠਾ ਕਾਰ 'ਚ ਫਿਰ ਕਿਸਨੇ ਬਿਠਾ ਲਿਆ ਇਹ ਤੇ ਵਿਚਾਰਾ ਮਾੜਾ ਹੀ ਹੈ ਹਾਂ ਕਿਸਨੇ ਬਿਠਾ ਲਿਆ ਕਾਰ 'ਚ ਤੇ ਕਾਰ ਜਾ ਰਹੀ ਸੜਕ ਤੇ ਅੱਛਾ ਤੇ ਅੱਗੇ ਪਾਣੀ ਆ ਗਿਆ ਸੜਕ ਤੇ ਫਿਰ ਤੇ ਕਾਰ 'ਚ ਬੈਠੇ ਹੀ ਪਹੁੰਚੇ ਤਾਂ ਕਰੀ ਜਾ ਰਹੇ ₹50 ਦੇਗੀ ਬੈਠਾ ਤੇ ਨੀ ਦੋ ਤਿੰਨ ਵਾਰ ਥੱਲੇ ਕੋਈ ਗੱਲ ਨੀ ਤੁਸੀਂ ਜੱਫੀ ਪਾਓ ਸੁਲਾ ਕਰੋ ਹਾਂਡੀਆਂ ਪਕਾਓ ਖਾਣੇ ਪਕਾਓ ਸ਼ਾਬਾਸ਼ ਤੁਸੀਂ ਜਿੰਨੀ ਜਿਹਨੂੰ ਆਰਾਮ ਆਈ ਜਾਂਦਾ ਨਿਕਲਦੇ ਜਾਓ ਨਿਕਲੋ ਸੋਰੀ ਮਾਫ ਕਰ ਦੇਣਾ ਚੋਈ ਸਾਹਿਬ ਮੈਂ ਤੁਹਾਨੂੰ ਪਛਾਣ ਲਿਆ ਮੈਂ ਸਮਝਿਆ ਕਿ ਢੋਲ ਵਜਾਉਣ ਵਾਲਾ ਆਇਆ
ਵੱਜ ਰਿਹਾ ਸੀ ਨਾ ਤੇ ਤੁਸੀਂ ਢੋਲ ਵਜਾ ਲੈਂਦੇ ਹੋ। ਤੂੰ ਭੈਣ ਨਿਸ਼ਾਨੀ ਓਏ ਆਏ ਆ ਦੀ ਚਾਦੀ ਸਾਹਿਬ ਮੈਂ ਤੁਹਾਡਾ ਬੱਚਾ ਹੋਈ ਬੱਚਾ ਪਾਣੀ ਦਾ ਪੁੱਛ ਸਾਜੀ ਸਾਜੀ ਜਦੋਂ ਤੁਸੀਂ ਪਿਛਲੇ ਮਹੀਨੇ ਆਏ 500 ਦਿੱਤਾ ਸੀ ਓਏ ਨਿਕਲ ਗਿਆ ਅਗਲੀ ਤੁਸੀਂ ਚੌਧਰੀ ਸਾਡਾ ਕੰਮ ਹੈ ਖਿਦਮਤ ਕਰਨਾ ਹਾਂ ਵੈਰੀ ਗੁੱਡ ਵੀ ਕਰ ਸੇਵਾ ਤੇ ਖਾ ਮੇਵਾ ਪੁੱਤਰ ਕਰ ਸੇਵਾ ਤੇ ਖਾ ਮੇਵਾ ਇਹ ਮੇਵਾ ਕਿੱਥੇ ਜੀ ਥੋੜਾ ਜਿਹਾ ਉੱਤੇ ਹੀ 500 ਦਿੱਤਾ ਸੀ ਨਾ ਤੇ ਪਿਛਲੀ ਵਾਰ 500 ਦਿੱਤਾ ਸੀ ਤੁਸੀਂ ਹੁਣ ਕੇ ਨਸ ਕੇ ਪਿੰਡ ਜਾ ਕਿਉਂ ਜੀ ਤੇਰੀ ਅੰਮੀ ਸਾਪ ਨੂੰ ਲੜ ਗਈ ਮੈਂ ਜਾ ਓਏ ਉਹ ਵਾਪਸ ਆ ਜਾ ਕੀ ਹੋਇਆ ਉਹ ਸੱਪ ਮੈਂ ਹੀ ਆ ਮੈਂ ਹੀ ਲੜਿਆ ਸੀ ਅਰੇ ਓਏ ਜਾ 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 ਵੀ ਕੀ ਹੈ ਪਛਾਣ ਨਹੀਂ ਗਿਆ ਤੂੰ ਨਹੀਂ ਪਛਾਣ ਰਿਹਾ ਨਹੀਂ ਅਸਲ ਚ ਤੁਹਾਨੂੰ ਪਛਾਣ ਨਹੀਂ ਸਕਦਾ ਓਏ ਤੂੰ ਮਜ਼ਾਕ ਹੀ ਆ ਚੰਗਾ ਤੂੰ ਉਹ ਤੇਰੀ ਜਾਤ ਤੇ ਹੋਇਆ ਓਏ ਹੋ ਇਹ ਜਦੋਂ ਡਾਕਟਰ ਨੇ ਤੁਹਾਨੂੰ ਸ਼ਹਿਦ ਮਨਾ ਕੀਤਾ ਕਿਉਂ ਚੱਕਦੇ ਹੋ ਵੈਰੀ ਗੁੱਡ ਮੈਂ ਪਹਿਲੀ ਵਾਰੀ ਸੁਣਿਆ ਜਿਸੇ ਨੇ ਗਾਰੇ ਨੂੰ ਸ਼ਹਿਦ ਕਿਹਾ ਸਾਈਡ ਇਫੈਕਟ ਹੋ ਜਾਂਦਾ ਨਹੀਂ ਨਹੀਂ ਪਹਿਲੇ ਕਿਸੇ ਨੇ ਮੂੰਹ ਨੂੰ ਸ਼ਹਿਦ ਲਾ ਕੇ ਚੁੰਮੀ ਲਈ ਇਸ ਵਜ੍ਹਾ ਤੋਂ ਸ਼ਹਿਦ ਬੜੀ ਅਜ਼ੀਮ ਸ਼ਖਸੀਅਤ ਬੜੀ ਮਿਹਰਬਾਨੀ ਬੜੀ ਮਿਹਰਬਾਨੀ ਇਹਨਾਂ ਕੋਲੋਂ ਤੇਜ਼ ਬੱਸ ਲੰਘੀ ਤੇ ਇਹਨਾਂ ਨੇ ਪੱਟੀਆਂ ਕਰਾ ਲਈਆਂ ਹਾਂ ਕਿਉਂ ਕਿਉਂ ਕਹਿੰਦਾ ਵਾਜਾਂ ਦੀ ਫੇਰ ਵੀ ਤੇ ਕਰਾਉਣੀਆਂ ਹੀ ਸਨ ਆਪਣੇ ਜਿਸਮ ਦੇ ਵਾਲ ਵਧਾ ਰਿਹਾ ਅੱਛਾ ਕਿਉਂ ਕਹਿੰਦਾ ਮੇਰੀ ਬੁੱਢੀ ਨੂੰ ਰੇਚ ਪਸੰਦ ਬੱਚੀ ਹੈ ਮੇਰੀ ਚੌਧਰੀ ਸਾਹਿਬ ਉਹ ਜਿਹੜਾ ਆਇਆ ਨਾ ਆਪਣਾ ਓਕੇ ਚੌਧਰੀ ਉਹਦੇ ਨਾਲ ਮੰਗੇ ਘਰ ਪੁੱਤਰ ਹੋਇਆ ਆਪਣੀ ਬੀਵੀ ਨੂੰ ਕਹਿੰਦਾ ਮੈਨੂੰ ਬੋਲ ਨਹੀਂ ਪਿਆ ਬੜੇ ਵੱਡੇ ਸ਼ੋਅ ਚ ਗਿਆ ਹੀ ਉਹਨੇ ਕਿਹਾ ਪਾਕਿਸਤਾਨ ਕੀ ਕੌਮੀ ਜ਼ਬਾਨ ਕੌਣ ਸੀ ਹੈ ਕਹਿੰਦਾ ਇਹਦਾ ਅੱਬਾ ਮਰਿਆ ਰੋਣ ਨਹੀਂ ਦਿਆ ਉਹ ਮੈਂ ਕਿਹਾ ਤੇਰਾ ਅੱਬਾ ਮਰਿਆ ਰੋਣ ਕਿਉਂ ਨਹੀਂ ਦਿਆ ਕਹਿੰਦਾ ਮੇਰੇ ਕੋਲ ਇੱਕ ਹੋਰ ਹੈਗਾ ਕੁਛ ਵੀ ਨਹੀਂ ਇਹਦੀ ਅੰਮੀ ਬਹੁਤ ਅੱਛੀ ਹੈ ਉਹ ਸੁੱਤੇ ਪਿਆ ਮੀਤਾ ਬਚਨ ਬਣ ਜਾਂਦੀ ਉਹ ਸਿਰਫ ਇੱਕੋ ਹੀ ਗੱਲ ਕਰਦੀ ਕੌਣ ਹੈ ਮੇਰੇ ਪਿੱਛੇ ਹੈ ਕੌਣ ਹੈ ਸ਼ਰਾਰਤੀ ਤੇਰੀ ਇੱਕ ਦਫਾ ਕਾ ਜ਼ਿਕਰ ਹੈ ਚਾਚਾ ਏਡੀ ਟੋਪੀ ਪਾਈ ਤੇਰੇ ਕੰਨ ਵੱਡੇ ਆ ਐਨੀਵੇ ਅਗੇਨ ਕਨੈਕਟਡ ਓਕਾ ਆਪਣੇ ਪਿਓ
ਉਹਦਾ ਕੰਨ ਵੱਢ ਕੇ ਤੇ ਹਾਰ ਰੋਡ ਚਲਾ ਗਿਆ। ਉਹ ਕਿਉਂ? ਕਹਿੰਦਾ ਇਹਦੇ ਨਾਲ ਦੀ ਹੈਂਡ ਫ੍ਰੀ ਦੇ ਦਿਓ। ਮੇਰੇ ਮੋਬਾਈਲ 'ਚੋਂ ਮੇਰੀ ਮਸ਼ੂਕ ਦਾ ਨੰਬਰ ਕੱਢ ਕੇ ਸਾਰੀ ਰਾਤ ਆਪਣੀ ਭੈਣ ਨੂੰ ਗੰਦੇ SMS ਕਰਦਾ ਰਿਹਾ। ਨਹੀਂ ਲਾਈ, ਖੂਨ ਬੜਾ ਨਿਕਲਿਆ। ਉਹ ਤਾਂ ਮੇਰਾ ਸਿਰ ਪਾਟਾ ਸੀ ਤੇ ਸਿਰ ਪਾਟਣਾ ਹੀ ਸੀ ਜ਼ਮੀਨ ਨਾਲ ਜੋ ਵੱਜਦਾ ਰਿਹਾ। ਮਰਨਾ ਭੁੱਲ ਜਾ ਨਾ ਸੋਹਣੇ ਯਾਰ, ਕਿਆ ਬਾਤ ਹੈ, ਅਸੀਂ ਅਜ਼ੀਮ ਸ਼ਖਸੀਅਤ ਆਏ। ਇਹਦੀ ਬੀਵੀ ਕਹਿੰਦੀ ਮੈਨੂੰ ਤਲਾਕ ਦੇ, ਫਿਰ ਕਹਿੰਦਾ ਵੇਖ ਲੈ। ਉਹ ਕਹਿੰਦੀ ਵੇਖਿਆ ਤੂੰ ਤਲਾਕ ਮੰਗ ਰਹੀ ਆ। ਸੁਹਾਗਣਾ ਤੂੰ ਆਪਣੀ ਬੀਵੀ ਨੂੰ ਕਹਿੰਦਾ ਜਾਨੂ ਮੈਨੂੰ ਮੂੰਹ ਤੇ ਵਿਖਾ। ਉਹ ਕਹਿੰਦੀ ਨੀ ਤੇ ਆ ਮੈਂ ਮੂੰਹ ਵਿਖਾਉਣ ਜੋਗਾ ਹੁੰਦੀ ਤੇਰੇ ਨਾਲ ਹੀ ਵਿਆਹ ਕਰਾਉਂਦੀ। ਜੋ ਵੀ ਹੈ ਇਹਦੇ ਘਰ ਡਾਕੂ ਆਏ ਸਾਰਾ ਹੀ ਜ਼ੇਵਰ ਲੁੱਟ ਕੇ ਲੈ ਗਿਆ। ਮੈਂ ਕਿਹਾ ਸ਼ੁਕਰ ਕਰ ਇਸਤਾਂ ਬਚ ਗਈਆਂ। ਕਹਿੰਦਾ ਇਸਤਾਂ ਵੇਚ ਵੇਚ ਕੇ ਤੇ ਅਸੀਂ ਜ਼ੇਵਰ ਬਣਾਇਆ। ਐਕਸਕਿਊਜ਼ ਮੀ ਮੁੱਡੂ ਸਿੰਘ? ਹਾਂ ਨਹੀਂ ਮੁੱਡੂ ਸਿੰਘ ਇੱਕ ਮੇਰੇ ਦੋਸਤ ਕੀ ਫਰਮਾਇਸ਼ੀ ਜੂਤ। ਉਹ ਠੀਕ ਚੁਟਕਲਾ। ਆਪਣੇ ਸਗੇ ਪਿਓ ਦੇ ਜਨਾਜ਼ੇ ਤੇ ਖਲੋ ਕੇ ਕਹਿੰਦਾ ਆ ਗੱਲ ਸੁਣੋ ਬਈ ਸਾਰਾ ਕਾਮਨ ਗੱਲ ਸੁਣੋ ਬਈ ਆ ਕਿਸੇ ਨੇ ਮੇਰੇ ਪਿਓ ਕੋਲੋਂ ਕੁਛ ਲੈਣਾ ਹੱਥ ਖੜਾ ਕਰ ਲੈ। ਉਹ 12 ਸੌ ਬੰਦੇ ਨੇ ਹੱਥ ਖੜਾ ਕਰ ਲਏ। ਘਬਰਾ ਗਿਆ ਕਹਿੰਦਾ ਠੀਕ ਆ ਉੱਠ ਕੇ ਕਹਿ ਦੇਵੇ ਮੈਂ ਦੇ ਦਿੰਦਾ। ਵੀਰੇ ਕਿਉਂ ਕਰਦਾ ਤੂੰ ਇਦਾਂ? ਇਹ ਭਾਈ ਜੀ ਮੈਂ ਅਫਰੀਕਾ ਦਾ ਜੰਗਲਾਂ ਤੋਂ ਲਿਆਇਆ। 25 ਲੱਖ ਰੁਪਇਆ ਜਾਣ ਲੱਗਾ, 25 ਲੱਖ ਆਉਣ ਤੇ 800 ਦੀ ਆਈ। ਇਹਦੇ ਕੋਲ ਖਰੀਦ ਲਈ ਵਗੈਰਤ ਕਹਿੰਦਾ 25 ਲੱਖ ਜਾਣ 25 ਲੱਖ ਦਈਏ 300 ਇਹਦਾ ਸੋਨਾ ਸੋਨਾ ਵਗੈਰਤ ਤੂੰ ਤੂੰ 25 ਲੱਖ ਜਾਣ 50 ਲੱਖ ਰੁਪਇਆ ਲੱਗਾ ਸੌਰੀ ਪਰ ਤੇਰੇ ਕੋਲ ਇਹਦਾ 400 ਲੈ ਲਾ ਸੌਰੀ ਯਾਰ ਯਾਰ ਇੱਥੇ ਉਹ ਲੰਮੇ ਨਾਤਰਾਂ ਨੇ ਉਹ ਮੈਂ ਸਮਝ ਗਿਆ ਮੇਰਾ ਦੋਸਤ ਮੈਂ ਉਹਨੂੰ ਮਿਲਣਾ ਹੈ। ਪਹਿਲੇ ਵੀ ਫੋਨ ਕੀਤਾ ਸੀ। ਅੱਛਾ ਤੁਸੀਂ ਉਹਨੂੰ ਮਿਲਣਾ ਹੈ? ਕੋਈ ਗੱਲ ਨਹੀਂ, ਉਹ ਵੀ ਆਨੇ ਵਾਲੇ। ਬਾ ਠੀਕ ਆ, ਤੂੰ ਇੱਕ ਗੱਲ ਜ਼ਰਾ ਸੁਣਿਓ ਮੇਰੇ ਕੋ ਪਰਹੇਜ਼ ਕਰ। ਸੁਣਿਆ ਤੇ ਜੋ ਮਰਜ਼ੀ ਕਰ। ਯਾਰ ਮੈਨੂੰ ਨਾ ਜੁਗਤ ਨਹੀਂ ਕਰਦੀ। ਓਕੇ ਓਕੇ ਕਿਉਂ ਜੀ? ਕਿਉਂ? ਉਹ ਮੈਂ ਇਹਨੂੰ ਬੰਨੀ ਫਿਰਦਾ ਤੂੰ ਤਾਂ ਫੇਰ ਮੂੰਹ ਮੱਥੇ ਲੱਗਦਾ। ਆਪਣਾ ਪਿਸ਼ਤੀ ਕੁੱਤੀ ਉੱਥੇ ਇੰਨੇ ਘੋੜੇ ਇੰਨੇ ਨੇਜ਼ੇ ਤੇ ਮੈਂ ਇਕੱਲੇ ਪਹਿਲੇ ਕਿੱਲਾ ਮੈਂ ਪੁੱਟਿਆ। ਉਹ ਕਲੈਪ ਹੋਈ ਹੈ, ਉਹ ਮਜ਼ੇ ਆਏ ਨੇ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਇਨਾਮ ਦਿੱਤਾ। ਐ ਪੱਗ ਉਹਨਾਂ ਨੇ ਮੈਨੂੰ ਇਨਾਮ ਦਿੱਤੀ ਹੈ। ਐ ਵੇਖੋ ਤੇਰਾ ਕੈਸੀ ਲੱਗ ਰਹੀ ਹੈ। ਹਾਂਜੀ ਐ ਤੇਰਾ ਕਮਾਓ ਇਹਨੂੰ, 2 ਮਹੀਨੇ ਹੋ ਗਏ ਨਾ ਤੇਰਾ ਐਕਸਪ੍ਰੈਸ ਨਹੀਂ ਆਉਂਦੇ। ਅੱਲਾ ਦੇ ਬੰਦੇ ਆ, ਛੱਡ। ਪਿਛਲੀ ਵਾਰੀ ਵੀ ਇੱਕ ਚੌਧਰੀ ਹੈ ਘੁਮਾ ਕੇ ਉਹਦੀ ਧੌਣ ਤੋੜਦੀ ਸੀ ਇਹਨੇ। ਆ ਮੇਰਾ ਵੀ ਉਹਨੇ ਬੈਰੰਗ ਤੋੜਨ ਲੱਗਾ ਸੀ। ਅੱਛਾ ਕਿੱਲਾ ਪੁੱਟਿਆ? ਕਿੱਲਾ ਮੈਂ ਪੁੱਟਿਆ। ਤੇ ਕਿਵੇਂ ਪੁੱਟਿਆ? ਉਹਦਾ ਨਾਮ ਮਿਲਿਆ ਤੁਹਾਨੂੰ? ਇਨਾਮ 5 ਕਿੱਲੇ ਉਹਨਾਂ ਨੇ ਮੈਨੂੰ ਦਿੱਤੇ। ਅੱਛਾ 4 ਕਿੱਲੇ ਮੈਂ ਗਰੀਬਾਂ 'ਚ ਵੰਡੇ। ਅੱਛਾ 1 ਕਿੱਲਾ ਮੈਂ ਤੇਰੇ ਵਾਸਤੇ ਰੱਖਿਆ ਬੈਨ ਉੱਠਣ ਲਈ। ਮੈਂ ਕਿਹਾ ਉੱਥੇ ਛੋਟਾ ਜਿਹਾ ਡੇਰਾ ਬਣ ਜਾਏਗਾ। ਆਉਣਾ ਕੀ ਹੋਇਆ?
ਗਏ ਨੇ ਕਿਉਂ ਮੇਰੇ ਸਰ ਕਰਨਾ ਹੈ ਤੇ ਨਾਮ ਜਿੱਤਿਆ ਲੈਣ ਤੋਂ ਡਰਕ ਆਇਓ ਹਾਂਜੀ ਚਲੋ ਮਿਹਰਬਾਨੀ ਹੁਣ ਜ਼ਰਾ ਸਾਨੂੰ ਪਾਟੀ ਛੱਡ ਆਓ ਯਾਰ ਉਹਨੂੰ ਅਜੇ ਪਾਟੀ ਦਾ ਨਹੀਂ ਮਤਲਬ ਕਿਉਂ ਨਹੀਂ ਮੇਰੇ ਬੰਦੇ ਮੌਸਮ ਓਏ ਓਏ ਮੌਸਮ ਮੈਂ ਉੱਥੇ ਵੇਖਿਆ ਅੰਗਰੇਜ਼ੀਆਂ ਦੇ ਅਕੜੀਆਂ ਦੇ ਜਿੱਥੇ ਜਾ ਰਹੇ ਅੱਛਾ ਯਾਰ ਇੰਨੀ ਗੁਰਬਤ ਯੂਰਪ ਵਿੱਚ ਅੱਛਾ ਉਹ ਕਿ ਥੋੜੇ ਥੋੜੇ ਕੱਪੜੇ ਪਾਉਂਦੀਆਂ ਉਹ ਤੇਰੀ ਵੇਲੇ ਥੋੜੇ ਥੋੜੇ ਪਾਇਆ ਉਹਨਾਂ ਨੂੰ ਡਰ ਸੀ ਕਿਤੇ ਤੂੰ ਟੋਕ ਨਾ ਦਵੇਂ ਐਸੀ ਵੀ ਗੱਲ ਨਹੀਂ ਹੈ ਪੁੱਤਰ ਚੌਧਰੀ ਕਿੱਲਾ ਉੱਥੇ ਗੱਡ ਕੇ ਆਇਆ ਵਾਰੀ ਗਾ ਉਹਨਾਂ ਨੇ ਮੈਨੂੰ ਨਾ ਦੀ ਇੱਕ ਅੰਗਰੇਜ਼ ਨੇ ਗਿਫਟ ਵੀ ਕੀਤੀ ਹੈ ਉਹਨੂੰ ਮੇਰਾ ਦੱਸਿਆ ਹੀ ਹਾਂ ਮੈਂ ਦੱਸਿਆ ਮੈਂ ਕਿ ਟੈਡੀ ਉੱਥੇ ਹੈਗਾ ਤੁਹਾਡੀ ਲੋੜ ਕੋਈ ਨਹੀਂ ਸਾਡਾ ਗੁਜ਼ਾਰਾ ਹੋ ਰਿਹਾ ਦੇਖਿਆ ਜੇ ਇਮਰਾਨ ਖਾਨ ਨੇ ਕੈਸੀ ਤਰੱਕੀ ਤੇ ਸਾਨੂੰ ਚਾਹ ਰਿਹਾ ਅੰਗਰੇਜ਼ ਨਹੀਂ ਹੈ ਇਹਨੂੰ ਗੁਜਰਾ ਵੀ ਪਤਾ ਉੱਥੋਂ ਤੱਕ ਗੱਲ ਚਲੀ ਗਈ ਹੈ ਤੁਸੀਂ ਵੀ ਲੰਡਨ ਤੋਂ ਆਏ ਹੋ ਯੈਸ ਨੋ ਪੰਜਾਬੀ ਪੰਜਾਬੀ ਨਹੀਂ ਆਉਂਦੀ ਡਾਰਲਿੰਗ ਹਾਊ ਆਰ ਯੂ ਆ ਮੈਂ ਗੁੱਡ ਨਿਊਜ਼ ਕੀ ਹੈ ਬੱਚਿਆ ਸਮਝ ਗਈ ਹੈ ਡਾਰਲਿੰਗ ਆਈ ਵਾਸ ਮਿਸਿੰਗ ਯੂ ਸੋ ਮਚ ਓ ਯਾ 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 ਉੱਥੇ ਵੀ ਮੈਂ ਜੀ ਇਹਨੂੰ ਖਪਾਉਂਦਾ ਰਹੇ ਸੋ ਦਿਸ ਇਜ਼ ਦਾ ਚੌਧਰੀ ਕਾਲਾ ਸ਼ਾਹ ਕਾਕੂ ਕਾਲਾ ਸ਼ਾਹ ਕਾਕੂ ਸਾਡਾ ਕਜ਼ਨ ਹੈ ਉਹ ਵੀ ਜੇ ਮੋਟਰ ਵਾਲਾ ਜਾਓ ਤਾਂ ਜਿੱਟੀ ਲੜ ਵਾਲਾ ਸਾਡਾ ਕੁਛ ਨਹੀਂ ਲੱਗਦਾ ਹਾਏ ਕਾਲਾ ਸ਼ਾਹ ਕਾਕੂ ਹਾਏ ਸ਼ਾਹ ਤੋੜ ਕੇ ਤਵਾਕੂ ਜਿਗਰ ਖਰਾਬ ਹੈ ਆ ਗਏ ਮਤਲਬ ਯਾਨੀ ਮਹਿਮਾਨਾਂ ਦੀ ਖਿਦਮਤ ਇਟ ਇਜ਼ ਦਾ ਯੋਰ ਖਿਦਮਤਗਾਰ ਜੀ ਮੀਨਸ ਸਰਵੈਂਟ ਓ ਆਈ ਸੀ ਓਕੇ 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 ਕਰ ਤੂੰ ਗੱਲ ਜਵਾਬ ਦੇਗੀ ਇਹਨੂੰ ਇਮਾਨ ਇਮਾਨ ਜਵਾਬ ਦੇਗੀ ਵਾਟ ਇਜ਼ ਯੋਰ ਨੇਮ ਲੈਲਾ ਨਹੀਂ ਜੀ ਉਹ ਨਾਂ ਹੈ ਉਹਦਾ ਕੀ ਨਾਂ ਹੈ ਤੁਹਾਡਾ ਜੀ My name is Leila. So you got it. Is it not Leila? Or say your name is Leila? Yes, of course. My name. His name is Mela. Nice, very nice. Yeah, very this nice. Is Rangila. Oh yeah. Yes. So, how about your Pakistani? Kime laga thano? Darling, you know this is my first time in Pakistan. Yeah. And what I want, you know very well. Are you someone? ਮਜ਼ਾ ਬੜਾ ਆਇਆ ਸਮਝ ਨਹੀਂ ਆਈ ਮਜ਼ੇ ਨਾਲ ਲੈ ਗੱਲ ਸਮਝਣ ਦੀ ਕੋਸ਼ਿਸ਼ ਕਰ ਚਲੋ ਫਿਰ ਦੱਸ ਦੁਬਾਰਾ ਨਹੀਂ ਕਿੱਥੇ ਪੜੇ ਹੋ ਵਾਹ ਜੀ ਉਹ ਬਤਾਏ ਦੁਬਾਰਾ ਬਤਾਏ ਅਗੇਨ ਡਾਰਲਿੰਗ ਆਈ ਸੈਡ ਦਿਸ ਇਜ਼ ਮਾਈ ਫਰਸਟ ਟਾਈਮ ਇਨ ਪਾਕਿਸਤਾਨ ਯੈਸ ਐਂਡ ਵਾਟ ਆਈ ਵਾਂਟ ਯੂ ਨੋ ਵੈਰੀ ਵੈਲ ਆਈ ਸਮਝ ਦੱਸੋ ਆ ਕਹਿ ਰਹੀ ਚਾਰ ਜਮਾਤਾਂ ਪੜੇ ਹੁੰਦੇ ਤੇ ਜ਼ਲੀਲ ਤੇ ਨਾ ਹੁੰਦੇ ਕਹਿ ਰਹੀ ਏ ਦੱਸੋ ਜੀ ਸੁਣੋ ਮੈਂ ਫਿਰ ਕਿ ਤਰਜਮਾ ਕਰਕੇ ਦੱਸਣਾ ਹੈ ਵਾਟ ਡੂ ਯੂ ਮੀਨ ਡਾਰਲਿੰਗ ਵਾਟ ਡੂ ਯੂ ਮੀਨ ਕਹਿ ਰਹੀ ਹੈ ਅੱਛਾ ਅੱਛਾ ਹਾਂ ਦੁਬਾਰਾ ਡਾਰਲਿੰਗ ਆਈ ਸੈਡ ਕਿ ਦਿਸ ਇਜ਼ ਮਾਈ ਫਰਸਟ ਟਾਈਮ ਇਨ ਪਾਕਿਸਤਾਨ ਪਹਿਲੀ ਵਾਰ ਕਹਿੰਦੀ ਮੈਂ ਪਾਕਿਸਤਾਨ ਆਈ ਹਾਂ ਐਂਡ ਵਾਟ ਆਈ ਵਾਂਟ ਯੂ ਨੋ ਵੈਰੀ ਵੈਲ ਸਮਝ ਆਈ ਤਾਂ ਕੌਣ ਦਾ ਕਹਿਣੀ ਆ ਵੀ ਇਹ ਹੀ ਕਹਿ ਰਹੀ ਹੋ ਪਰ ਸਮਝ ਨਹੀਂ ਆਦੀ ਕਾਹਦੀ ਕੁਛ ਕਹਿ ਰਹੀ ਉਹ ਲੋਕਾਂ ਦੇ ਪਾਪੜ ਉਹ ਕਹਿ ਰਹੀ ਏ ਚਲੋ ਸਾਹਿਬ ਇੰਨੀ ਦੇਰ ਪਿਛੋਂ ਲਾਹੌਰ ਆਇਓ ਇੱਕ ਚੁਗਤ ਹੋ ਜੇ ਚਲੋ ਇੱਕ ਅੱਧੀ ਤੇ ਚਲੋ ਠੀਕ ਹੈ ਤੁਹਾਡਾ ਮੂੰਹ ਅੱਜ ਮੈਂ ਚੁਗਤ ਲਾ ਕੇ ਡੰਡਾ ਵਜਾਉਂਦਾ ਬੇਵਕੂਫਾ ਸ਼ੁਕਰ ਕਰ ਮੈਨੂੰ ਸਮਝ ਨਹੀਂ ਆਈ ਨਹੀਂ ਆਈ ਸਮਝ ਉਹ ਮੇਰੀ ਬੜੀ ਰਿਸਪੈਕਟ ਕਰਦੀ ਹੈ ਅੱਛਾ ਆ ਦਿਸ ਗਾਇ ਆ ਸੋਰਾ ਦੋਗਾ ਹਾਂ ਚਲੋ ਠੀਕ ਹੈ ਦਿਸ ਗਾਇ ਆ ਸਿੰਗਿੰਗ ਮੀ ਟੂ ਵਾਟ ਮਾਊਸ ਮਾਊਸ ਦਾ ਚੂਹਾ ਸੋ ਕੁਝ ਖਾਣਾ ਪੀਣਾ ਜੀ ਮਹਿਮਾਨ ਆ ਖਾਣਾ ਪੀਣਾ ਨੋ 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 ਥੈਂਕ ਯੂ ਨਹੀਂ ਕੁਝ ਈਟਿੰਗ No, darling, no eating. Something you drinking? Okay, Red Bull. Red Bull, yeah. Red Bull? Yes. No. Yeah. What's wrong with it? Oh. Oh, Bandra the PT master. Oh, my God, what did you get? Red Bull, yeah. Hi, Lily. Hi.
Hi. Nice lady. This Thank guy. You. You like Red Bull? Yes. I'm sorry, I have Black Bull. Yeah. Darling. Achana. Don't touch me, okay? But ikko ji dehi hai. Uttar haath nahi lai da honda. Darling. Unnu bhi samjhao kuch khaye piye tere vargi kudiya seven up di bottle pee ke gas ne jhak na jaave idhe te. Shut up, darling. I'm so tired. I wanna go to rest. Ah. ਦੀ ਕੈਰੀ ਨੈਂਟ ਨਾ ਹੋਣਾ ਕੱਚੇ ਨਹੀਂ ਆਏ ਸਾਡੇ ਕੋਲ ਵਾਟਸ ਮੀਨ ਕੱਚੇ ਆ ਯੂ ਵਾਂਟ ਟੂ ਮੀ ਆ ਸਲੀਪਿੰਗ ਯੈਸ ਓ ਕਮ ਆਨ ਡਾਊਨ ਆਲ ਰਾਈਟ ਕਮ ਐਂਡ ਗਾ ਤੋ ਨਹੀਂ ਜੀ ਜੀ ਸਾਡੇ ਪਿੱਛੇ ਨਾ ਆਈ ਕਿਉਂ ਜੀ ਹਾਂ 10 ਸਕਿੰਟ ਤੇ ਲੱਗ ਜਾਣ ਹਾਂ ਨਹੀਂ ਆ ਨਹੀਂ चाचा जी एक थान वाली बकरी नहीं होंदी बकरा होंदा है ਕਿਦੀਆਂ ਚਾਵਾਂ ਪੀਂਦੇ ਰਹੇ ਹੋ ਉਹ ਖੋਰੇ ਮੈਂ ਹੈਂਡ ਕੇ ਨਹੀਂ ਨਾ ਲਾਈ ਸੀ ਜੀ ਦੀ ਵਜ੍ਹਾ ਕਿਹੜੇ ਕਿਹੜੇ ਦੁੱਧ ਦੀ ਚਾਹ ਪੀਂਦੇ ਰਹੇ ਹੋ ਘਰ ਦੇ ਦੁੱਧ ਦੀ ਆ ਓਏ ਬੱਕਰੀ ਆ ਚਾਚਾ ਜੀ ਐਨਕ ਲਾ ਕੇ ਕਦੀ ਵੇਖਣਾ ਹਾਂ ਜੀ ਦੋ ਹੁੰਦੇ ਨੇ ਕੀ ਦੋ ਹੁੰਦੇ ਘਰ ਬੱਕਰੀ ਦੇ ਚਾਰ ਵੀ ਹੁੰਦੇ ਨੇ ਉਹ ਭਾਈ ਇੱਕ ਨੂੰ ਜ਼ਹਿਰਬਾਦ ਵੀ ਹੋਇਆ ਹੁੰਦਾ ਹੈ ਇਹਨ ਦੱਸੋ ਸ਼ਾਦੀ ਤੂੰ ਕਿਉਂ ਇਨਕਾਰ ਕਰ ਸ਼ਾਦੀ ਨਹੀਂ ਯਾਰ ਕੀ ਇੱਕਾ ਕਿਉਂ ਜ਼ੋਰ ਜਿਆ ਤੇਗਾ ਕੀ ਵਜ੍ਹਾ ਕੀ ਕੋਈ ਇੱਕਾ ਸੁਵੇ ਇੱਕਾ ਮੁੰਡਾ ਉਹ ਕੁੜੀ ਨੂੰ ਡੋਬਣਾ ਕੀ ਹੋਇਆ ਮੇਰੀ ਗੱਲ ਸੁਣਾ ਮੇਰੇ ਤੋਂ ਇਲਾਵਾ ਕਿਤੇ ਹੋਰ ਵੀ ਇਹਦਾ ਰਿਸ਼ਤਾ ਆਇਆ ਇਹਦੀ ਸੁਹਾਗ ਰਾਤ ਹੋਈ ਤੇ ਸਿਰਾਣੇ ਚਮਚ ਰੱਖਣਾ ਚਮਚ ਕਿਉਂ ਕਿਉਂਕਿ ਇਹਨੂੰ ਦੰਦਲ ਪੈ ਜਾਣੀ ਇਹ ਕਮਜ਼ੋਰ ਹੀ ਇੱਕਾ ਤੇ ਮੈਂ ਸੱਚੀ ਕੋਈ ਦਮੇ ਨਾ ਦੇ ਜ਼ਲੀਲ ਤੇ ਨਾ ਕਰੋ ਇਹ ਜ਼ਲੀਲ ਵਾਲੀ ਕਾਹਦੀ ਗੱਲ ਐਸੀ ਗੱਲ ਨਹੀਂ ਹੈ ਕਿ ਨਹੀਂ ਕਰੀਏ ਨਾ ਕਰੋ ਸ਼ੁਕਰ ਕਰ ਤੇਰੀ ਮਦਦ ਕੀਤੀ ਇਹ ਛੋਟਾ ਜਿਹਾ ਸਾਈਡਾ ਮੋਟਾ ਸਾ ਤੈਨੂੰ ਪਤਾ ਨਹੀਂ ਕਿ ਇਹ ਤੇਰੀ ਕਿਸੇ ਹਵਾ ਕੱਢ ਦਿੱਤੀ ਹੈ ਚਾਚਾ ਜੀ ਮੈਂ ਉੱਥੇ ਕਿੱਲੇ ਪੁੱਟਦਾ ਰਿਹਾ ਕਿ ਉੱਥੇ ਜ਼ਰਾ ਮੇਰੇ ਇੱਥੇ ਕਿੱਲਾ ਵੱਜਿਆ ਸੀ ਉਹਦੀ ਵਜ੍ਹਾ ਤੋਂ ਕਿਸੇ ਕਿਸੇ ਨੇ ਮੈਨੂੰ ਬੇਹੋਸ਼ੀ ਹੁੰਦੀ ਹੈ ਫੇ ਮੈਂ ਤੇਰੇ ਸਦਕੇ ਜਾਵਾਂ ਤੇਰੇ ਵਾਰੀ ਜਾਵਾਂ ਵਾਰੇ ਵਾ ਕੀ ਬਾਤ ਮਜ਼ਾ ਆ ਰਿਹਾ ਹਾਂ ਜੀ ਇਹ ਹਲੇ ਮੂੰਹ ਹੈ ਚਲ ਰੱਖ ਰਿਸ਼ਤਾ ਇਹ ਵੀ ਕਹਿੰਦੇ ਮੁੰਡਾ ਠੀਕ ਨਹੀਂ ਅੱਛਾ ਉਹ ਕਹਿੰਦੇ ਮੁੰਡਾ ਠੀਕ ਹੀ ਨਹੀਂ ਕੀ ਹੋਇਆ ਭਾਜੀ ਭਾਜੀ ਕੀ ਹੋਇਆ ਭਾਜੀ ਉਹ ਬੱਤ ਦੇ ਦੇ ਕੀ ਹੋਇਆ ਨਹੀਂ ਵੈਸੇ ਚੈੱਕ ਕੀਤਾ ਪਾਸ ਬਾਈ ਪਾਸ ਲੈ ਵੀ ਸੁਦਾਤਿਆ ਸੋਹਣਿਆ ਭਰਾਵਾ ਤੇਰੇ ਘਰ ਆ ਗਿਆ ਅਨਵਰ ਗੁੱਛਾ ਇੱਧਰ 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 ਆਏ ਪੂਰੇ ਪੰਜਾਬ ਚ ਮਾਂ ਨੇ ਇੱਕੋ ਹੀ ਜੰਮਿਆ ਏ ਅਨਵਰ ਗੁੱਛਾ ਜਿਹੜਾ ਮੇਰਾ ਭਰਾ ਕਹਿੰਦਾ ਵੀ ਮੇਰੇ ਸਿਰ ਚ ਦਰਦ ਏ ਪੈਰਾਂ ਦੀਆਂ ਤਲੀਆਂ ਚੋਂ ਸੇਕ ਨਿਕਲਦਾ ਕਮਰ ਚ ਆਵਾਜ਼ ਆਉਂਦੀ ਏ ਗੋਡੇ ਚੋਂ ਟਕ ਟਕ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਅੱਖਾਂ ਮੋਰੇ ਹਨੇਰਾ ਹੁੰਦਾ ਪੈਰੇ ਕੰਮ ਛੱਡ ਦਿਓਗੇ ਤੇ ਠੀਕ ਹੋ ਜਾਓਗੇ ਇਹ ਗੱਲ ਤੈਨੂੰ ਕੋਈ ਬੰਦਾ ਨਹੀਂ ਦੱਸੇਗਾ ਤੈਨੂੰ ਸਿਰਫ ਇਹੀ ਦੱਸੇਗਾ ਅਨਵਰ ਗੁੱਛਾ ਆ ਤੁਸੀਂ ਆਪਣੀ ਦਵਾਈ ਵੇਚ ਲਈ ਨਿਕਲੋ ਇੱਥੋਂ ਐਵੇਂ ਸਾਡੇ ਘਰ ਪਤਾ ਨਹੀਂ ਕੌਣ ਹੈ ਅਨਵਰ ਗੁੱਛਾ ਮੀ ਮੀ ਚੌਰ ਸਾਹਿਬ ਜਾ ਹਾ 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 ਕੀ ਵਜ੍ਹਾ ਉਹ ਖੁਸ਼ੀਆਂ ਮਨਾ ਜਾ ਕੇ ਲੁੱਟੀਆਂ ਪਾ ਤੁਹਾਡੇ ਘਰ ਆ ਗਿਆ ਅਨਵਰ ਗੁੱਛਾ ਚੰਡ ਮਾਰਨੀ ਰਾਮ ਨਾਲ ਭੌਂ ਕਰ ਪਤਾ ਨਹੀਂ ਕੌਣ ਹੈਗਾ ਤੁਸੀਂ ਨਾ ਕਾਕਾ ਮੈਂ ਦੁਸ਼ਮਣ ਦਾ ਆਦਮੀ ਆ ਤੈਨੂੰ ਪੂਰਾ ਤਾਰਫ ਨਹੀਂ ਹੈਗਾ ਮੇਰਾ ਪੂਰੇ ਪੰਜਾਬ ਚ ਮਾਂ ਨੇ ਇੱਕੋ ਹੀ ਜੰਮਿਆ ਏ ਅਨਵਰ ਗੁੱਛਾ ਅੱਗੋਂ ਮਾਂ ਨੇ ਪਿੰਡ ਕੋ ਲਿਆ ਸੀ ਅਰੇ ਕੌਣ ਹੈਗਾ ਤੁਹਾਨੂੰ ਕੀ ਲੋੜ ਹੈ ਲੈਣ ਦੀ ਬਚਾ ਯਾਰ ਭਾਈ ਚਾਚਾ ਤੂੰ ਜਾ ਯਾਰ ਤੂੰ ਗੁੱਛੇ ਨੂੰ ਭੇਜ ਜਾ ਜਾ ਪੈਲੀਆਂ ਚ ਵੇਚ ਦਵਾਈ ਦੂਈ ਤੁਸੀਂ ਮੈਨੂੰ ਫੇਰ ਨਹੀਂ ਜਾਣਦੇ ਮੇਰੀ ਇੱਜ਼ਤ ਨਹੀਂ ਕਰ ਰਹੇ ਨਹੀਂ ਕਰ ਰਹੇ ਦੱਸਾਂ ਫੇਰ ਮੈਂ ਤੁਹਾਨੂੰ ਨਾ ਦੱਸਾਂ ਮੈਂ ਤੁਹਾਨੂੰ ਨਾ ਨਾ ਇੱਕ ਮਿੰਟ ਫੇਰ ਇੱਕ ਮਿੰਟ ਲਓ ਹੁਣ ਲੱਗਾ ਹੀ ਉਸੇ ਮਾਂ ਨੂੰ ਬੁਲਾਉਣ ਜਿਹਨੇ ਇੱਕ ਹੀ ਜੰਮਿਆ ਹੈਲੋ ਨਹੀਂ ਨਹੀਂ ਹੋਇਆ ਕੀ ਕੀ ਹੋਇਆ ਕੀ ਹੈ ਕੋਈ ਚੁੱਕਾ ਨਹੀਂ ਨਾ ਰਿਹਾ ਜੀ ਤੇ ਤੂੰ ਪਹਿਲੇ ਰੱਖਣ ਨਹੀਂ ਦੇਣਾ ਮਰੇਗਾ ਮੇਰੇ ਕੋਲ ਚੁੱਕ ਲਿਆ ਆਜੋ ਅੰਦਰ ਆਜੋ
ਇਹਨਾਂ ਨੂੰ ਪਤਾ ਲੱਗੇਗਾ ਮੇਰੀ ਕਦਰ ਨਹੀਂ ਕਰ ਰਹੇ। ਅੱਛਾ ਉਹਨੇ ਚੁੱਕਿਆ ਤੇ ਚਾਚੇ ਨੂੰ ਸਾਹ ਆਇਆ। ਮੈਂ ਆ ਜਾਵਾਂ। ਲੈ ਇਹ ਕੌਣ ਗੁੱਛੇ ਦੀ ਧੀ? ਹਾਂ ਇਹ ਗੁੱਛਿਆ ਚਾਚੂ। ਪੜ੍ਹੀ ਲਿਖੀ ਬੱਚਾ ਬੱਚਾ ਕਿੱਲੇ ਪੁੱਟਦਾ ਹੈ। ਮੇਰੀ ਬੱਚੀ ਨੂੰ ਉਹ ਨਾਲ ਸ਼ਾਦੀ ਕਰਨੀ ਹੈ ਜਿਹੜਾ ਕਿੱਲੇ ਪੁੱਟਦਾ ਹੈ। ਓ ਤੁਸੀਂ ਓ ਜਿਹੜਾ ਕਿੱਲੇ ਪੁੱਟ ਗਏ ਉਹ ਅੰਦਰ ਏ, ਮੈਂ ਕਿੱਲੇ ਠੋਕਣਾ। ਓ ਬਾਜੀ ਉਹ ਜਿਹੜਾ ਕਿੱਲੇ ਪੁੱਟਦਾ ਅੰਦਰ ਏ, ਇਹ ਕਿੱਲੇ ਠੋਕਦਾ ਏ ਤੇ ਇਹ ਕਿੱਲੇ ਸਾਫ਼ ਕਰਦਾ ਏ। ਪੁੱਛੇ ਆਪਸ ਦੀ ਗੱਲ ਆ, ਵੈਸੇ ਤੇਰੀ ਸਾਇੰਸ ਤੇ ਲਾਨਤ ਆ। ਬਸ ਮੇਰੀ ਬੱਚੀ ਨੂੰ ਓ ਬਾਜੀ ਕਿੱਤੇ ਨੇ ਰਾਮ ਨਾਲ ਕੁਝ ਸਮਾਨ ਨਾ ਸੁੱਟ ਲਈ ਇੱਥੇ। ਹੈਲੋ ਨਵੀਂ ਮੁਸੀਬਤ ਆਉਂਦੀ ਸਾਨੂੰ ਗੁੱਛੇ ਦਾ ਮਾਲ ਏ। ਆਰਾਮ ਨਾਲ ਕਰਦਾ ਕੀ ਇਹ ਨਿੱਕਾ ਜਿਹਾ ਨਾ ਹੋਵੇ ਚਾਚਾ ਜੀ? ਚਾਚਾ ਜੀ ਹਾਂਜੀ, ਤੁਸੀਂ ਤੇ ਫੌਤ ਨਹੀਂ ਸੋਗੇ? ਨਹੀਂ ਮੈਂ ਕਿਸੇ ਕੋਲ ਸੁਣਿਆ ਸੀ ਸਿਗਰ ਲੈਣ ਆਇਆ ਅਨਵਰ ਗੁੱਛਾ। ਮੈਂ ਸਵੇਰ ਦਾ ਇੰਤਜ਼ਾਰ ਕਰਾਂ, ਬੁਲਾਓ। ਅਨਵਰ ਗੁੱਛਾ ਤੇ ਉਹ ਬੱਚੀ ਜਿਹੜੀ ਮੇਰੇ ਨਾਲ ਸ਼ਾਦੀ ਹੋਈ। ਓ ਗੁੱਛੇ ਇਹ ਬੱਚੀ ਏ ਮੇਰੇ ਲਈ? ਮਾਸ਼ਾਅੱਲਾ, ਇੱਕ ਵਾਰੀ ਘੁੰਮ ਕੇ ਵੀ ਖਾਓ। ਵਾਹ ਚਾਚਾ ਜੀ, ਇਹਦਾ ਮੂੰਹ ਕਿਹੜੇ ਪਾਸੇ? ਪਾਪਾ ਜੀ ਗੁੱਛੇ ਦਾ ਮਾਲ ਹੈ ਨਾ, ਯਾਨੀ ਤਿੰਨ ਮੂੰਹ ਵਾਲੀ ਜਨਾਨੀ। ਬੰਦਾ ਕੌਣ ਹੈ? ਇਹ ਵਹੀ ਹੈ ਜਿਸਨੇ ਕੀਲਾ ਪੂਟਣਾ ਹੈ। ਓ ਮੈਂ ਕਿੱਲੇ ਪੂਟਣਾ? ਦੋਨਾਂ ਜਗ੍ਹਾ ਤੇ ਰੱਖਾਂਗਾ, 6 ਮਹੀਨੇ ਪਿੰਡ ਰੱਖਾਂਗਾ, 6 ਮਹੀਨੇ ਸ਼ਹਿਰ ਰੱਖਾਂਗਾ। ਤੇ ਜਿੱਥੇ ਤੁਹਾਡਾ ਦਿਲ ਜ਼ਿਆਦਾ ਲੱਗ ਗਿਆ ਉੱਥੇ ਫਿਰ ਜ਼ਿਆਦਾ ਰੱਖਾਂਗਾ। ਮੇਰੀ ਅੰਮਾ ਕਹਿੰਦੀ ਹੁੰਦੀ ਸੀ ਜਨਾਨੀ ਨੂੰ ਤੁੰਨ ਕੇ ਰੱਖਣਾ ਚਾਹੀਦਾ। ਉਹ ਯਾ ਕਰ ਲਾ ਗੁੱਛੇ ਆ ਸਾਲਿਆ, ਆਪਣੀ ਕਹਿਣੀ ਕੀ ਵਜੀ ਜਾਣ ਡਿਆ? ਸ਼ੀ ਇਜ਼ ਮਾਈ ਡਾਟਰ। ਆਪਣੀ ਬੇਟੀ ਹੈ, ਤੁਸੀਂ ਕੋ ਚਾਦਰ ਲੈ ਲਓ ਜੀ। ਕਿਉਂ? ਆ ਗਵਰਨਮੈਂਟ ਵਧੇ ਥੜੇ ਤੋੜੀ ਜਾ ਰਹੀ ਹੈ। ਮੇਰੀ ਸ਼ਾਦੀ ਤੇਰੇ ਬਗੈਰ ਹੋ ਹੀ ਨਹੀਂ ਸਕਦੀ। ਤੂੰ ਨਸ ਆਏਗਾ। ਲੈ ਜ਼ਮਾਨਤ ਨਹੀਂ ਕਰਾਈ ਤਾਂ ਨਸ ਆਵਾਂਗਾ ਮੈਂ। ਤੂੰ ਕਹੇ ਫੈਸਲਾ ਕਰਾਂਗਾ।
ਆਸਨਾ ਤੇਰੀਆਂ ਰਜ਼ਾਈਆਂ ਭਰੀਆਂ ਗਈਆਂ ਚੁੱਕ ਤੇ ਨਿਕਲ ਇਥੋਂ ਮਾਈ ਵਾਜਾ ਜਾਏਗਾ ਮੇਰਾ ਪੂਰੇ ਪੰਜਾਬ ਚ ਮਾਣ ਇੱਕੋ ਹੀ ਜੰਮਿਆ ਏ ਅਨਵਰ ਗੁੱਛਾ ਤੇ ਪੁੱਟ ਕੇ ਕਿੱਥੇ ਰੱਖਿਆ ਜੀ रिश्ता मैं करना मैं पूरी पसंद करनी है जो फैसला तू करना होई होना नहीं होना कितने शादी तेरी मेरी बच्ची का ब्याह है कितने में बच्ची परे उरली के परली बिल्लू मोरी नहीं हो ते तोया खटा हो गया तेरे पास चंड मार रही है जेलो जो तू फैसला करना वही होना है मैं पसंद करेगा तेरे लिए कुड़ी ड्रामा हो रहा है घरों ते नहीं लैके आए पर इस काम में जान को गड़ो खतरा भी हो गया है डिगो उस स्पीड च वापस आओगे फिर मतलब की है दिल कर रहे चप्पी पावा गुच्छा ते नहीं कर जाओगे मेरा तो असी माड़ी जी गल कीती तू गुच्छा कर गया बुलावा बंदे जात हैगी उन्हां दी उन्हां दी जात हैगी है मैडम तुसी मेरे दोस्त को कोई सवाल करना चाहो अगर तुसी थक ना गए हो ते नजा बच्ची है मेरी पागला ना जाना पाली ओए वाकई सब कुछ ठीक है ना हां बोल लो ओए हाथ मारी है ते गुच्छे निकल ना हो मैडम जी सीधे हो जाओ मैं इन लगता जिम्मे बच्चे ने टिंडा कराई कैसी लगी तुहानू चाचा जी केड़ा कोई प्यार अल्लाह दा शुक्र इको ही जम्मिया मां ने गुच्छा कभी घर गया हो बीवी को बैठा गुच्छे गुच्छी हो रहा हो नहीं, नहीं मैडम जी ए जे मेरा दोस्त इधर आओ हाथ हाथ पाओ पैर च पैर पाओ तू की
ਘਰੇਲੂ ਜੇ ਕੁੱਤੇ ਵਾਂਗੂ ਮੈਨੂੰ ਹੀ ਚੱਟੀ ਜਾ ਰਿਹਾ। ਉਹਦੇ ਹੱਥ ਫੜੇ ਨੇ ਉਹਨੂੰ ਐ ਕਰ, ਅਸੀਂ ਤਾਂ ਬਚਪਨ ਤੋਂ ਇਕੱਠੇ ਹੀ ਆ, ਤੁਸੀਂ ਬਹਿ ਜਾਓ ਕਿਤੇ ਗੁੱਛਾ ਨਾ ਨਿਕਲ ਜਾਏ। ਝੋਰਿਆ ਸੀ ਮੇਰੇ ਨਾਲ ਇਹ ਆਪਣਾ ਗੁੱਛਾ ਆਪਣੇ ਗੁੱਛੇ ਚ ਰੱਖ, ਮੈਂ ਮਾਰ ਕੇ ਕਸੋਲ ਤੇ ਗੁੱਛੇ ਇੱਧਰ ਉੱਧਰ ਕਰ ਦਿਆਂਗਾ ਸਾਰੇ। ਜਿਹੜੇ ਉਧਰ ਹੀ ਦੇਖਣ ਦੇ ਯਾਦ ਕਰੋ ਵਪੂਰਨ ਮਾਸੀ ਕੀ ਰਾਤ ਉਸ ਰਾਤ ਜੋ ਮੈਨੇ ਤੁਮਹਾਰੇ ਹਾਥ ਮੇਂ ਦੀਆ ਥਾ ਚੁੱਪ ਕਰਕੇ ਥਾਣੇ ਜਾਣਾ ਪੈਣਾ ਤੈਨੂੰ ਜੇਲ੍ਹ ਤੋੜ ਕੇ। ਜਦੋਂ ਤੱਕ ਮੇਰੇ ਯਾਰ ਦਾ ਵਿਆਹ ਨਹੀਂ ਹੋਏਗਾ ਸਾਹਿਬ, ਮੈਂ ਹੁਣ ਤੱਕ ਥਾਣੇ ਨਹੀਂ ਜਾ ਸਕਦਾ, ਨਾ ਜੇਲ੍ਹ ਚ ਜਾਵਾਂਗਾ। ਓਏ ਤੂੰ ਮੈਨੂੰ ਜਾਣਦਾ ਨਹੀਂ, ਹਵਾਲਦਾਰ ਚੌਧਰੀ ਮਲਕ ਲਿਆਕਤ ਜੱਟ ਕੌਮ ਰਾਈ। ਓਏ ਹੋਏ ਤੂੰ ਵੀ ਗੁੱਛਾ ਹੀ ਹੈ ਓਏ। ਮੇਰੀਆਂ ਨਕਲਾਂ ਲਾਉਣਾ ਹੋਰ ਤੇਰੀਆਂ ਬਗਲਾਂ। ਤੁਸੀਂ ਮੈਨੂੰ ਜਾਣਦੇ ਨਹੀਂ, ਇਹ ਹਮਾਮ ਤੇ ਜਾਏ ਤੇ ਸੁੱਕਾ ਹੀ ਵਾਪਸ ਆ ਜਾਂਦਾ, ਉਹ ਟੂਟੀ ਖੋਲ ਕੇ ਪਾਣੀ ਆਇਆ ਅੱਗੇ ਪਿੱਛੇ ਸੁੱਟਦਾ ਰਹਿੰਦਾ ਹੈ। ਓਏ ਮੈਂ ਅੱਖ ਦੀ ਸਫਾਈ ਸੀ। ਅੱਛਾ ਹਵਾਲਦਾਰ ਹੋ ਗਿਆ ਉਹ ਕਿਵੇਂ? ਇਹ ਚਾਹ ਲੈਣ ਜਾਏ ਆਪੇ ਹੀ ਕੱਪ ਚ ਪਾ ਲਿਆਉਂਦਾ ਸੀ। ਤੂੰ ਮੇਰੇ ਨਾਲ ਬਦਤਮੀਜ਼ੀ ਕਰ ਰਿਹਾ ਹੈ, ਬਦਤਮੀਜ਼ੀ ਜੀ। ਚੁੱਪ ਕਰਕੇ ਨਾ ਹੱਥ ਕੜੀ ਪਾ ਲੈ। ਮੈਂ ਨਹੀਂ ਪਾਉਣੀ। ਕਿਉਂ? ਠੰਡੀ ਹੈਗੀ ਹੈ। ਦੋ ਦਿਨ ਇਹਨਾਂ ਨੇ ਮੈਨੂੰ ਹੱਥ ਕੜੀ ਪਾਈ, ਮੈਨੂੰ ਬੁਖਾਰ ਚੜ ਗਿਆ ਸੀ। ਫਿਰ ਜੱਜ ਸਾਹਿਬ ਨੇ ਲਿਖ ਕੇ ਦਿੱਤਾ ਕਿ ਤੂੰ ਹੱਥ ਕੜੀ ਆਪਣੇ ਤੋਂ ਥੋੜੀ ਦੂਰ ਰੱਖਣੀ ਹੈ। ਓਏ ਤੈਨੂੰ ਪਤਾ ਨਹੀਂ, ਕਾਨੂੰਨ ਦੇ ਹੱਥ ਬੜੇ ਲੰਮੇ ਹੁੰਦੇ ਨੇ। ਅੱਛਾ ਜੀ। ਹਾਂਜੀ। ਕਿੰਨੇ ਕੁ ਲੰਮੇ ਨੇ? ਬਹੁਤ ਲੰਮੇ ਨੇ, ਸਮਾ ਕੇ ਵੇਖ ਲੈ। ਇਹਦਾ ਹਲਾ ਕੇ ਚੰਗਾ ਜਿਹਾ ਗੁੱਛਾ ਤੇ ਕੱਢ ਬਾਹਰ। ਓਏ ਖਬਰਦਾਰ ਚਾਚਾ, ਮੈਂ ਤੇਰੇ ਉੱਥੇ ਗੋਲੀ ਮਾਰਾਂਗਾ ਜਿੱਥੇ ਆਸਾਨੀ ਨਾਲ ਅੰਦਰ ਚਲੀ ਜਾਵੇ। ਛੋਟੇ ਛੋਟੇ
ਬਸ ਤਿੰਨ ਕਿਲੋਮੀਟਰ ਟਾਂਗੇ ਦੇ ਪਿੱਛੇ ਦੌੜਦੇ ਨੇ, ਟਾਂਗੇ ਤੇ ਬੈਠੇ ਨਹੀਂ। ਕਿਉਂ? ਉਹ ਪਾਏਦਾਰ ਤੇ ਜਦੋਂ ਪੈਰ ਰੱਖਣਗੇ ਉਹ ਹੀ ਲੱਤ ਛੋਟੀ ਐ ਹੋ ਜਾਏ, ਐ ਹੋ ਜਾਏ। ਤੂੰ ਮੇਰੇ ਨਾਲ ਬਦਤਮੀਜ਼ੀ ਕਰ ਰਿਹਾ ਹੈ ਤੇ ਇੱਧਰ ਵੇਖ ਲੈ। ਚੋਈ ਸਾਹਿਬ ਤੁਸੀਂ ਥਾਣੇ ਜਾਓ, ਤੁਸੀਂ ਥਾਣੇ ਜਾਓ, ਮੈਂ ਫਿਰ ਤੁਹਾਡੇ ਕੋਲ ਥਾਣੇ ਆ ਰਿਹਾ, ਕਿਉਂਕਿ ਕਮ ਸੇ ਕਮ ਡੇਢ ਦਿਨ ਤੁਹਾਨੂੰ ਲੱਗਣਾ ਥਾਣੇ ਪਹੁੰਚਦੇ। ਇੱਧਰ ਆਓ ਜੀ, ਤੁਸੀਂ ਮੇਰੀ ਗੱਲ ਸੁਣੋ। ਮੇਰੀ ਗੱਲ ਸੁਣ ਲਓ, ਤੁਸੀਂ ਆਰਾਮ ਦੇ ਨਾਲ ਨੀ ਦੀਆਂ ਬੱਚੇ ਪਹਿਲੇ ਇਹ ਲੱਤ ਸੀ ਪਹਿਲੇ। ਦੋ ਮਿੰਟ ਖਲੋਤਾ ਭੁੱਲ ਗਿਆ ਪਤਾ ਨਹੀਂ ਕਿਹੜੀ ਆਇਆ ਕਰ ਲਈ। ਫਿਰ ਬਾਹਰ ਜਾ ਕੇ ਕਹਿੰਦੇ ਭਾਈ ਸਾਨੂੰ ਵੱਡਾ ਰੋਲ ਨਹੀਂ ਦਿੰਦੇ ਤੁਸੀਂ। ਪਰਸੋਂ ਅਸੀਂ ਜੂਏ ਖਾਨੇ ਰੇਟ ਕੀਤੀ, ਭੱਜ ਕੇ ਸਭ ਤੋਂ ਪਹਿਲੇ ਸਾਡੀ ਗੱਡੀ ਚ ਜਾ ਕੇ ਬਹਿ ਗਿਆ। ਮੈਂ ਕਿਹਾ ਤੂੰ ਪਹਿਲੇ ਤੋਂ ਬੈਠਾ? ਕਹਿੰਦੇ ਜੀ ਪਿਛਲੀ ਵਾਰੀ ਵੀ ਖਲੋ ਕੇ ਜਾਣਾ ਪਿਆ ਸੀ। ਚਲੋ ਗੱਡੀ ਚ ਬਹਿ ਚੱਲ ਕੇ। ਚਲੋ ਸਾਰਿਆਂ ਨੇ ਬਹਿਣਾ। ਹਾਂਜੀ ਤੇ ਤੁਸੀਂ ਇਹਨਾਂ ਨੂੰ ਛੱਡੋ, ਮੈਂ ਉਹਨਾਂ ਦਾ ਘਰ ਸਰ ਸਮਝੀ ਦੇ ਆਵਾਂ। ਉਹ ਰਹਿਣ ਦੇ ਤੂੰ, ਚਲੋ ਮੈਂ ਇੱਥੇ ਲੰਮਿਆਂ ਪਾ ਲੈਣਾ ਏ। ਇਹਨੀ ਬੁਰੀ ਗੱਲ? ਚੰਗਾ ਭਲਾ ਤੂੰ ਲਤਾੜਾ ਕਰੇਗਾ ਐ ਕਰਕੇ। ਮੈਡਮ ਜੀ, ਹਾਂਜੀ, ਦੇਖੋ ਮੈਂ ਤੇ ਚੱਲਾ ਹੁਣ ਜੇਲੇ। ਹਾਂ ਵੈਸੇ ਵੀ ਮੇਰਾ ਉੱਥੋਂ ਆਉਣ ਨੂੰ ਦਿਲ ਨਹੀਂ ਕਰਦਾ, ਕਿਉਂਕਿ ਮੈਂ ਜੇਲ ਚ ਸੈੱਟ ਤੇ ਬਸ। ਹੈ? ਹਾਂਜੀ ਮਤਲਬ ਉੱਥੇ ਮੈਂ ਕੂਕੇਗਾ ਸੀ, ਰੋਟੀ ਦਾਲ ਦੁੱਲ ਪਕਾਉਂਦਾ ਸੀ। ਅੱਛਾ ਤੁਸੀਂ ਮੇਰੇ ਦੋਸਤ ਨਾਲ ਕਰ ਰਹੇ ਹੋ ਵਿਆਹ? ਹਾਂ ਬਹੁਤ ਪਿਆਰ ਕਰਦਾ। ਓਕੇ ਮੈਂ ਸਮਝ ਗਿਆ। ਮੈਨੂੰ ਦੱਸੋ ਕਿ ਮੇਰੀ ਬੱਚੀ ਦਾ ਕਾਰੀਗਰ ਕਿਹੜਾ ਹੈ? ਕਾਚੇ ਜੀ ਉਹਨੂੰ ਕੀ ਚਾਹੀਦਾ? ਗੁੱਸਾ ਤੁਸੀਂ ਬਦਤਮੀਜ਼ੀ ਕਰ ਰਹੇ ਹੋ। ਇੱਕ ਮਿੰਟ ਸਬਰ ਹੋ ਜਾ, ਪਾਣੀ ਭਰ ਰਹੇ ਨੇ, ਚੁੱਪ ਜਾ। ਅੱਛਾ ਜੀ ਮੈਡਮ ਤੁਸੀਂ ਮੇਰੇ ਦੋਸਤ ਨਾਲ ਬਹੁਤ ਇੱਜ਼ਤ ਤੇ ਪਿਆਰ ਨਾਲ ਵਿਆਹ ਕਰਨਾ। ਹਾਂਜੀ ਤੇ ਤੁਸੀਂ ਮੇਰੇ ਦੋਸਤ ਨੂੰ ਇੰਜ ਖੁਸ਼ ਰੱਖਣਾ ਜਿਵੇਂ ਪਾਕਿਸਤਾਨ ਦੀ ਫੌਜ ਨੇ ਪਾਕਿਸਤਾਨੀਆਂ ਨੂੰ ਖੁਸ਼ ਰੱਖਿਆ। ਫਾਂਸੀ ਦੇਣ ਵਾਲਾ ਫਿਰ ਲਾ ਲੈ। ਫਾਂਸੀ ਦੇਣ ਵਾਲਾ ਨਹੀਂ ਹੈਗਾ। ਹਾਂਜੀ ਕੋਕੇ ਸਾਡਾ, ਇਹ ਤੁਹਾਡਾ ਕੋਕੇ, ਇਹ ਖਾਣਾ ਬਣਾਉਂਦਾ। ਅੱਲਾਹ ਪਾਕ ਤੁਹਾਨੂੰ ਇਸ ਗੱਲ ਦਾ ਅਜਰ ਦੇਣਗੇ ਜੀ ਕਿ ਤੁਸੀਂ ਇਹਦੇ ਹੱਥੋਂ ਵੀ ਖਾ ਲੈਂਦੇ। ਇਹ ਤੇ ਸ਼ੁਕਰ ਹੈ ਕਿ ਤੂੰ ਆ ਕੇ ਜ਼ਮਾਨਤ ਕਰਾ ਲਈ, ਨਹੀਂ ਤਾਂ ਮੈਨੂੰ ਤੇ ਬੜਿਆਂ ਨੇ ਲੇਤਰ ਮਾਰੇ। ਮੈਨੂੰ ਤੇ ਉਹਨਾਂ ਨੇ ਪਹਿਲਾ ਲੇਤਰ ਮਾਰਿਆ, ਪੌਣਾ ਘੰਟਾ ਮੈਨੂੰ ਲੱਭਦੇ ਹੀ ਰਹੇ। ਤੂੰ ਕਿੱਥੇ ਸਾਂ? ਮੈਂ ਛਿੱਤਰ ਦੇ ਨਾਲ ਹੀ ਸਾਂ। ਕੀ ਹੋਇਆ? ਚੁੱਕ ਲੋ ਡਾਕਟਰ ਮੈਡਮ ਡਾਕਟਰ ਨੇ ਪਹਿਲਾ ਹੀ ਫੌਜ ਬੜੇ ਆਪਰੇਸ਼ਨ ਕਰ ਰਹੀ ਮੈਂ ਆਪਕੋ ਕਰਵਾਉਂਗੀ ਠੀਕ ਹੈ, ਮੈਂ ਆਪਕੋ ਕਰਵਾਉਂਗੀ ਜਸਟ ਐਕਸਰਸਾਈਜ਼ਸ, ਨੋ ਮੈਡੀਸਨ, ਨੋ ਕੁਛ ਵੀ। ਲੇਕਿਨ ਬਹੁਤ ਦਰਦ ਹੁੰਦਾ ਮੇਰੇ, ਵੱਜਿਆ ਕੀ ਹੈ? ਮੇਰੇ ਨਾੜ ਤੇ ਨਾੜ ਚੜ ਜਾਂਦੀ, ਕਿੱਲਾ ਵੱਜਿਆ ਸੀ।
ਕਿੱਲਾ ਕਿੱਥੇ ਵੱਜਿਆ? ਅਸਲ ਵਿੱਚ ਮੈਂ ਗੋਲੀ ਤੇ ਜਾ ਰਿਹਾ ਸੀ ਨਾ, ਹਾਂ, ਉਹ ਮੈਂ ਨੇਜ਼ਾ ਮਾਰਿਆ ਕਿੱਲੇ ਨੂੰ, ਹਾਂ, ਉਹ ਕਿੱਲੇ ਨੂੰ ਨਹੀਂ ਵੱਜਾ, ਉਹ ਗੋਲੀ ਦੇ ਪੈਰ ਤੇ ਵੱਜ ਗਿਆ। ਓ ਉਹਨੇ ਖਾਦੀ ਉਲਟ ਬਾਜ਼ੀ ਇੱਕ, ਮੈਨੂੰ ਅੱਗੇ ਕਿੱਲਾ ਸੀ ਉਹ ਮੇਰੇ ਇੱਥੇ ਵੱਜਿਆ ਜੀ। ਇਹਦੇ ਨਾਲ ਝੂਠ ਬੋਲ ਅੱਗੇ ਬੱਤੀਆਂ ਬਲ ਗਈ। ਆਪ ਬੁਝਾਈਆਂ ਨੇ ਪੁੱਤਰ ਕਿ ਤੂੰ ਸਹੀ ਨਜ਼ਰ ਆਵੇ। ਮੈਡਮ ਇੱਕ ਸਰ मैडम देख लिया मैंने, मैं कुछ चेक करती हूँ। लेटो तकिया कमर दे थले रख के। नहीं नहीं तजर्बा कर दे है, डॉक्टर दा एक्सपीरियंस ही ते होंदा। आप तो कह रहे हैं किस तरह आप लेटे मैं आपको बता देता हूँ। मान डॉक्टर, हाँ जी, आप बहुत खूबसूरत हैं डॉक्टर। ਇਹਨਾਂ ਨੂੰ ਫਿਰ ਰਹਿਣ ਦਿਓ, ਡਾਕਟਰ ਸਾਹਿਬ ਨੂੰ ਬੁਲਾ ਲਈਏ। ਸਾਨੂੰ ਤੁਹਾਡੀ ਸਿਹਤ ਚਾਹੀਦੀ ਹੈ ਚੌਧਰੀ ਸਾਹਿਬ। ਐਵੇਂ ਨਹੀਂ, ਆਸਾਫ ਹਸਪਤਾਲ ਤੋਂ ਮੈਂ ਸਪੈਸ਼ਲ ਮੰਗਾਇਆ ਨੇ ਡਾਕਟਰ ਸਾਹਿਬ। ਉਹ ਲੰਮੇ ਪੈ ਜਾ 6ਵੀਂ ਉਮਰ। ਹਾਂਜੀ, ਮੈਂ ਅਸਾਫ ਹਸਪੀਟਲ ਸੇ ਆਈ ਹੂੰ। ਯੋ ਟਾਊਨ ਤੋਂ ਆਣਾ ਕੋਈ ਆਸਾਨ ਹੈ? ਔਰ ਅਰਸ਼ਦ ਚੌਧਰੀ ਉਸਕੇ ਮਾਲਿਕ ਹੈ। ਹਾਂ, ਉਹ ਐਸਾ ਲੈ ਕੇ ਆਣਾ। ਚਲੇ ਦੇਖੇ ਆਪ ਨਾ ਮੇਰੇ ਆਈਸ ਮੇ ਆਈਸ ਡਾਲੇ। ਅੱਛਾ ਜੀ, ਇੱਧਰ ਓਏ ਓ ਫਲੇਲ। ਉਹ ਜਿਸ ਤਰ੍ਹਾਂ ਕਹਿੰਦੇ ਉਸ ਤਰ੍ਹਾਂ नहीं, आप लेटे नहीं सही, बताओ जरा कमर के नीचे। डॉक्टर कह रहे होंगे करो, चलो साफ करो। गर्दन लटकाओ मैडम, ज्यादा ना गर्दन सीधी करना, इन्हें वापस तोड़ देना जी। मैं तो बेवकूफ हाँ, वो तो सियाने। आपको से लेटना नहीं आ रहा भी जाए। चल पिस्ती उड़ा छो। देखे कैसे लेटना है जी, देख रहे हैं जी। लाओ मैडम तकिया थोड़ा जा और थले ले आओ। थोड़ी लाप पतला। ठीक है भाईजन, ठीक है, सोनो का क्या गल है? देखे जी ये देखे जा पुत्र घर जा, तेरी मां लाज होनी जा। थोड़ा डाउन हो
ਸਰਕਾਰੀ ਦੀ ਕੁੱਤੀ। ਸੌਰੀ ਮੈਂ ਸਮਝਾ ਆਪਣੀ ਕਰ। ਅੱਛਾ ਦੇਖੋ ਮਜ਼ਾ ਆ ਰਿਹਾ। ਹਾਂਜੀ ਹਾਂਜੀ ਜਾ ਪੁੱਤਰ 12 ਵਜੇ ਤੋਂ ਬਾਅਦ ਤੇਰਾ ਬੂਆ ਨਹੀਂ ਖੋਲਦੇ ਫਿਰ ਤੈਨੂੰ। ਕੈਸਾ ਲੱਗਦਾ ਹੈ? ਇਹ ਹੈ ਤੇ ਕਿਊਟ ਸੋਹਣਾ।
ਸੋਹਣਾ ਜਿਹਾ ਪਿਆਰਾ ਜਿਹਾ ਨਿੱਕਾ ਜਿਹਾ। ਵੈਸੇ ਤੁਹਾਡੀ ਮੇਰੀ ਸ਼ਾਦੀ ਹੋਵੇ ਨਾ, ਤੁਹਾਡੇ ਚੋਂ ਮੈਂ 25-30 ਤਾਰਕ ਡੈਡੀ ਜੰਮਾਂ, ਪੂਰੇ ਪੰਜਾਬ ਦੇ ਥੀਏਟਰਾਂ 'ਚ ਗਿਫਟ ਕਰੀਏ ਵੀ ਰੌਣਕ ਲੱਗੀ। ਪਹਿਲੇ ਆਪਣੇ ਨਾੜ ਸਹੀ ਕਰ ਜਾ। ਆ ਨਾੜ ਤੇ ਨਾੜ ਚੜ ਜਾਂਦੀ ਮੇਰੀ। ਚਲੋ ਅਬ ਮੈਂ ਬਾਈ ਕੋ ਜ਼ੋਰ ਲਗਾਉਂਗੀ, ਤੁਮ ਨੇ ਅੰਦਰ ਕੋ ਲਗਾਣਾ ਜ਼ੋਰ ਸੇ। ਓਕੇ। ਓ ਭਾਰੀਆ ਫਟਾ। ਅੱਛਾ ਤੁਸੀਂ ਰਿਲੈਕਸ ਹੋ ਰਹੇ ਹੋ? ਮੈਂ ਕਹਿੰਦਾ ਜੀ ਏਡਾ ਮਜ਼ਾ ਆ ਰਿਹਾ ਹੈ। ਅਬ ਥੋੜਾ ਐਕਸਰਸਾਈਜ਼ ਪਿਆਓ। ਅੱਛਾ ਚੇਂਜ ਜੀ ਮੈਂ ਆਪ ਕੋ ਤੋ ਕੈਸੇ? ਅੱਛਾ ਕਾਕਾ ਭਾਈਆ ਡਿਗੜਾ ਭਾਈ। ਦੇਖੇ ਜੀ ਆਪ ਕੋ ਇਸ ਪੋਜੀਸ਼ਨ ਮੇ ਆਨਾ ਹੈ। ਕਿੱਥੇ? ਬਸ ਇਹੀ ਚਾਹਨਾ ਸਦਾ। और तारक टैडी वर्गा हर सर्दियां ਕੁਵਾਰੀ ਫਿਰ ਨਾ।
अच्छा मैटर पे आओ। तो आपकी शादी हुई? मैटर था बस रहे। अच्छा जी आपकी शादी नहीं हुई? शादी हो जाए तो बच्चे कितने चाहिए? 100। चार जा इतें ही आ तेन पा के तो 100 होना। हूं इत बैठी मेरी बहुत शादियां हुई। बहुत क्या मतलब? मैंने तो शादी की एक तंदूर वाली के साथ। तंदूर वाली के साथ? हाँ। क्या हुआ? फिर आ होया। मेरे तो चलो बड़ा कर्म हो गया। वो नहीं होती कागज उठाने वाली चंगड़ी। हाँ। मैंने चंगड़ी के साथ शादी की। ओदे तो मैं गले च रस्सा पा के जानवर ही मार दिता। वो क्यों? वो जेड़ा बच्चा जमे वो ड्रामे च बह के बोली जावे। असल में जी मैं आपको अपना क्या बताऊं? क्या बताओ बताओ ना। मेरे गांव में ना बड़ा रहम दिल आदमी। अच्छा तुम? गुड गुड। हमारे गांव में ना एक वो दाने बूनने वाली थी। बूनती है दाने। फिर क्या हुआ? वो इतने दाने बूनती थी वो तो अपना दाना भी बून जाती थी, अपना सिट्टा भी भून जाती थी। अच्छा। गरीब थी। मैंने सारी जायदाद उसे दी। बेवा थी। उसके साथ शादी की। अच्छा। एक पुत्र होया। वो किथे? एक और गल सुन लो जी। मैं बड़ा सालम शाहर होया। मुंडा चौपी कर गया। डॉक्टर को आप हैं? मेरी ना कांड में दर्द हो रहा है। क्या क्या बोले? ओ काका आ किसे नु दसी ना? ए जोर बोले। तेरी ना कांड च दर्द नहीं हो रहा। तू जिवे थले आई है तू जिवे थले आई मैं उवें उत्ते आवांगा। एक सवाल करना सी पढ़े लिखे पुछो पुछो। शादी तो तुम्हारी नहीं हुई। हाँ। शादी तक पता है? ड्रामे च बह के बोलदा
ਦਾਦੀਏ ਕੋ ਲੈ ਜਾ। ਓਏ ਤੁਸੀਂ ਕਾਹਦਾ ਰੌਲਾ ਪਾਇਆ ਹੁੰਦਾ ਰੋਜ਼ 24 ਘੰਟੇ? ਕੀ ਮਸਲਾ ਤੁਹਾਨੂੰ? ਜਦੋਂ ਦੇ ਚੋਰੀ ਸਭ ਕਹਾਂਗੇ ਸਾਨੂੰ ਇਤੋਂ ਨਹੀਂ ਫੜਨਾ। ਗੁੱਛਾ ਇਹ ਕੋਣ ਵੇਖਿਆ ਵੇ ਗੁੱਛੇ ਦਾ ਮਾਲ? ਇਹ ਖਤਨਾ ਕੋਣ? ਇਹ ਕਿੱਥੋਂ ਲਿਆ ਮਾਲ? ਇਹ ਬਾਈਪਾਸ ਤੇ ਟਰਾਲੀ ਉਲਟੀ ਆਪਣੀਆਂ ਵੀ ਪਛਾਣ ਕੇ ਲੱਭ। ਵਾਹ ਦੱਸਿਆ ਨਹੀਂ ਤੂੰ ਬੱਚਿਆ? ਅਸਲ 'ਚ ਇਹ ਨੁਕਰਾਣੀਆਂ ਰੱਖੀਆਂ ਨੇ ਘਰ 'ਚ। ਕੀ ਬਕਵਾਸ ਕਰ ਰਹੇ ਨੇ? ਚੌਲੀ ਸਾਹਿਬ ਨੇ ਹਾਂ ਅਨਵਰ ਗੁੱਛਾ। ਅਨਵਰ ਗੁੱਛਾ ਕੌਣ ਤੂੰ? ਚਾਚਾ ਹਾਂਜੀ ਅਪਾਇੰਟਮੈਂਟ ਦਾ ਅੰਦਰ ਆਈ। ਕਾਕਾ ਕੀ ਗੱਲ ਆ? ਉਹ ਜਰਾ ਚਾਹ ਰੁੜ ਗਈ ਤੇਰਾ ਗੁੱਛਾ ਤੇ ਫੇਰ ਦੇ ਆ। ਇੱਕ ਟੈਲੀਫੋਨ ਕਰਨਾ ਪਿੰਡੋਂ ਟਰਾਲੀ ਭਰ ਕੇ ਆ ਜਾਂਦੀ ਆ। ਹੁਣ ਲਿਆ ਗੁੱਛਾ? ਮੇਰੀ ਗੱਲ ਸੁਣ, ਮੈਂ ਤਲਾਕ ਲੈ ਰਹੀ ਹਾਂ, ਮੇਰੇ ਨਾਲ ਵਿਆਹ ਕਰ ਲੈ। ਕਿਉਂ? ਉਹਦੀ ਬੈਟਰੀ ਛੇਤੀ ਡਾਊਨ ਹੋ ਜਾਂਦੀ। ਤਲਾਕ ਲੈ ਰਹੀ ਹੈ? ਮੈਂ ਵੀ ਤਲਾਕ ਲੈ ਰਹੀ ਹਾਂ। ਤੇਰੇ ਕੋਲ ਤਾਂ ਖੈਰ ਲੈ ਹੀ ਲੈਣੀ ਚਾਹੀਦੀ ਹੈ। 6 ਮਹੀਨੇ ਤੂੰ ਆਪਣੇ ਬੰਦੇ ਨੂੰ ਸਰਦੀਆਂ 'ਚ ਬਿਮਾਰ ਰੱਖਿਆ। ਤੂੰ ਨਾਲ ਵੀ ਨਾਲ ਸੌਂਦਾ ਸੀ ਇਹਦੇ? ਇਹ ਸਿੱਧੀ ਸੌਂਦੀ ਸੀ, ਸਾਹ ਲੈਂਦੀ ਸੀ, ਪੱਖਾ ਚੱਲੀ ਜਾਂਦਾ ਸੀ ਉੱਤੋਂ। ਉਹ ਕਹਿੰਦਾ 6 ਮਹੀਨੇ ਉਹਨੂੰ ਨਮੂਨੀਆ ਰਿਹਾ। ਮੈਂ ਫੇਰ ਵੀ ਲੈ ਲੈਣੀ ਤਲਾਕ? ਨਾ ਤਲਾਕ ਲੈ, ਤੇਰਾ ਬੰਦਾ ਵੈਸੇ ਵੀ ਮਹੀਨੇ ਬਾਅਦ ਮਰਨ ਵਾਲਾ। ਜਿੰਨਾ ਤੇਰੀ ਜ਼ਾਹਿਰ ਹੈ ਮਾਸ਼ਾਅੱਲਾ, ਤੇਰੇ ਪਿੱਛੇ ਤੇ ਸੌ ਨਹੀਂ ਸਕਦਾ। ਜਿੱਥੇ ਵੀ ਹਲਕਾ ਜਿਹਾ ਹੋਇਆ ਤੇ ਕੰਧ 'ਚ ਵੱਜਣਾ ਉਹਨੇ ਜਾ ਕੇ। ਗੁੱਛਾ ਨਿਕਲ ਹੀ ਜਾਂਦਾ ਸੁੱਤੇ ਪਏ ਬੰਦੇ ਦਾ ਗੁੱਛਾ। ਤਲਾਕ ਹੀ ਮੰਗੀ ਜਾ ਰਹੀ ਹੈ। ਅਸੀਂ ਲੈ ਨਾ ਲਵੋ ਤਲਾਕਾਂ। ਕਿਉਂ? ਐ ਵੇਖੋ ਅੱਗੇ ਉਧਰ ਗਲੀ 'ਚ ਚਾਰ ਬੰਦੇ ਬੈਠੇ ਹੁੰਦੇ ਕਿ ਉਹ ਤੁਰੇ ਜਾਂਦੇ ਵੀ ਗੱਲ ਕਰ ਜਾਂਦੇ। ਆਹਾ ਝੂਲਾ ਮਰ ਗਿਆ 11 ਵਜੇ ਜਨਾਲਾ ਉਹਦਾ। ਤੈਨੂੰ ਕੀ ਪ੍ਰੋਬਲਮ ਹੈ? ਮਰ ਗਿਆ ਝੂਰੇ, ਤਲਾਕ ਨਹੀਂ ਲੈਣੀ। ਤਲਾਕ ਦਾ ਲਫ਼ਜ਼ ਸੁਣ ਕੇ ਅਗਰ ਕੋਈ ਖੁਸ਼ ਹੁੰਦਾ ਤੇ ਉਹ ਸ਼ੈਤਾਨ। ਅੰਦਰ ਜਾਣਾ ਗੁੱਛਾ। ਸਭ ਤੋਂ ਅੱਛੇ ਨੇ ਬਾਹਰੋਂ ਹਮਸਾਇਆਂ ਦੀ ਮੋਟਰ ਖੋਲ ਕੇ ਮੋਢੇ ਤੇ ਰੱਖ ਕੇ ਉਹਨਾਂ ਦੀ ਬਿੱਲ ਦੇ ਕੇ ਕਹਿੰਦਾ ਤਾਰਾਂ ਅੰਦਰ ਕਰ ਲਓ। ਤੇ ਪਰਸੋਂ ਦੇ ਮੈਂ ਘਰ ਗਿਆ, ਬੈੱਡ ਦੇ ਉੱਤੇ ਚੀਨੀ ਪਾ ਰਿਹਾ। ਮੈਂ ਕਿਹਾ ਕੀ ਕਹਿੰਦਾ ਜੀ ਮੈਂ ਮਿੱਠੀ ਨੀਂਦ ਸੌਣਾ। ਮਿੱਠੀ ਨੀਂਦ ਦਾ ਤਾਂ ਪਤਾ ਨਹੀਂ, ਉਹ ਕੀੜੀਓ ਕੀੜੀ ਹੋਇਆ ਅੱਜ ਸਵੇਰੇ। ਐਡੀ ਬਾਹਰ ਨਿਕਲ ਗਈ ਫਕੀਰ ਜਾ ਕੇ ਨਾ ਫਕੀਰ ਸਾਹਿਬ ਇਹਨੂੰ ਬਾਹਰ ਚੜਾ ਦਿਓ। ਉਹ ਕਹਿੰਦਾ ਬਾਹਰ ਤੇ ਮੇਰਾ ਪਿਓ ਚੜਾਉਂਦਾ ਸੀ, ਮੈਂ ਉਂਗਲ ਚੜਾ ਸਕਦਾ। ਮੈਂ ਉਹਨੂੰ ਕਿਹਾ ਨਹੀਂ ਉਹ ਭਾਈ, ਉਹਨੇ ਮੈਨੂੰ ਫਿਰ ਕਿਹਾ ਜਾ ਗੁੱਛਾ ਆਇਆ ਸੀ, ਪੂਰਾ ਗੁੱਛਾ ਚੜਾ ਕੇ ਗਿਆ। ਮਰਨਾ ਤੇ ਮੇਰੇ ਥੋਕ ਚਾਚਾ, ਤੈਨੂੰ ਕੋਈ ਲੋੜ ਹੈ ਫਜ਼ੂਲ ਗੱਲ? ਆਪਣੀ ਮੱਝ ਚੋ ਕੇ ਉਹਦਾ ਹੀ ਦੁੱਧ ਉਹਨੂੰ ਪਿਆਤਾ। ਮੈਂ ਕਿਹਾ ਇਹ ਕੀ ਕਹਿੰਦਾ? ਪਤਲਾ ਦਿੱਤਾ ਹੈ ਕਿ ਚੱਕਰ ਹੋਰ ਲਵਾਉਣ ਲੱਗਾ। ਪਿਛਲੇ ਰੋਜ਼ ਹੀ ਸਕੰਜਵੀ ਵੇਚ ਰਿਹਾ, ਅਚਾਨਕ ਪੁਲਿਸ ਦੀ ਰੇਡ ਪਈ ਤੇ ਉਹ ਹੀ ਸਕੰਜਵੀ ਤਰਮਕਣ ਲੱਗ ਪਿਆ। ਉਹ 3-4 ਦੇ ਬੂ SHO ਤੋਂ ਵੀ ਸੁਣਦੇ ਸੁਆਇਆ ਕਰ। ਮੋਟਰਸਾਈਕਲ ਤੇ ਜਾ ਰਿਹਾ ਗੀ, ਪੁਲਿਸ ਵਾਲੇ ਨੇ ਰੋਕਿਆ, ਕਹਿੰਦੇ ਕਾਕਾ ਕਾਪੀ ਵਹਾ, ਕਹਿੰਦਾ ਉਹਦੇ ਭੈਣ ਦੇ ਵਿਆਹ ਤੇ ਸੁੱਟ ਦਿੱਤੀ ਸੀ। ਗੁੱਛਾ ਆਪਣੇ ਦਾਦੇ ਦੀ ਕਬਰ ਤੇ ਫੁੱਲ ਪਾਣ ਗਿਆ। ਅੱਛਾ ਆਪਣੇ ਦਾਦੇ ਦੀ ਕਬਰ ਤੇ ਫੁੱਲ ਪਾਣ ਗਿਆ, ਬੱਤੀ ਚਲੀ ਗਈ ਤੇ ਸਪੀਡ ਬ੍ਰੇਕਰ ਤੇ ਪਾ ਆਇਆ। ਹਾਂਜੀ ਕੁੜੀਓ। ਹਾਂਜੀ ਆਪ ਕੀ ਕਰਤੀ ਹੈ? ਮੈਂ ਪੜ੍ਹਨੀ ਹਾਂ। ਕੌਣ ਸੀ ਕਲਾਸ ਮੇ? ਮੈਂ ਐਮਏ ਕਰ ਰਹੀ ਹਾਂ। ਐਮਏ? ਅੱਛਾ ਇਹੋ ਜੀ ਪੜ੍ਹੀ ਲਿਖੀ ਕੁੜੀ 3-3 ਲਾ ਕੇ ਪਹਾੜ ਤੇ ਚੜ੍ਹਦੀ, ਫਿਰ ਉੱਥੇ ਜਾ ਕੇ ਉਰਦੂ ਬੋਲੀ ਜਾਂਦੀ। ਮੇਰੇ ਨੀਚੇ ਉਤਾਰੇ ਤੇ ਬੰਦਾ ਪੁੱਛੇ ਤੂੰ ਐਡੀ ਪੜ੍ਹੀ ਲਿਖੀ ਹੋ ਕੇ ਐਡੇ ਉੱਚੇ ਪਹਾੜ ਤੇ ਫਲਾਂ ਦਾ ਬਾਦਸ਼ਾਹ ਲੈਣ ਗਈ ਸੀ? ਵੈਸੇ ਗੱਲ ਸੁਣੋ ਜੀ, ਫਲਾਂ ਦਾ ਬਾਦਸ਼ਾਹ ਕੀ ਹੈ? ਪਾਗਲ ਕੀ ਅਮਰੂਦ ਹੁੰਦਾ ਹੈ? ਤੈਨੂੰ ਫਲਾਂ ਦੇ ਬਾਦਸ਼ਾਹ ਦਾ ਨਹੀਂ ਪਤਾ? ਮੈਨੂੰ ਨਹੀਂ ਪਤਾ, ਤੁਸੀਂ ਦੱਸੋ। ਫਲਾਂ ਦਾ ਬਾਦਸ਼ਾਹ
अंब ते इथे सारे ड्रामा देखना तू अंब लेना आया औंतरी दा कदी कदी माफी मंगण आ जांदा सी अगले दा झाका ते लथे ही हुंदा ओनू कदी टेंशन हुंदी ਵੈਸੇ ਤੁਸੀਂ ਨਾਲ ਖਲੋਵੋ ਤੁਹਾਡੀ ਜੋੜੀ ਬਹੁਤ ਅੱਛੀ ਲੱਗ ਰਹੀ ਵਾਹ ਵੈਸੇ ਚਾਚਾ ਹਾਂ ਤੇਰੇ ਗੱਲ ਦੱਸਾਂ ਹਾਂਜੀ ਧੀ ਨੂੰ ਲੈ ਜਾ ਇੱਥੇ ਖਾਨੇਵਾਲ ਦੀ ਬੱਸ ਨਹੀਂ ਆਉਣੀ ਜੋੜੀ 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 ਕੈਸੀ ਜੋੜੀ ਹੈ ਵਾਹ ਮਾਸ਼ਾਅੱਲਾ ਵੱਡੀ ਤੇ ਵਿਕ ਗਈ 4500 ਦੀ ਤੇ ਉਹਦਾ 4000 ਲਾਇਆ ਹੀ ਨਾ ਹਾਂਜੀ ਇਹਦਾ ਨਾ 500 ਅੱਛਾ ਇਹੋ ਜਿਹੇ ਵਿਚੋਲ ਨੇ ਇਹੋ ਜਿਹੇ ਚੌਧਰੀ ਸਵੇਰੇ ਉੱਠ ਕੇ ਆਪਣੀ ਰਜ਼ਾਈ ਦੇ ਫੁੱਲਾਂ ਨੂੰ ਪਾਣੀ ਦੇਈ ਜਾਂਦੇ ਨੇ सवेरे गुजरा दी मजा निकल दी नाल ही निकल जाया कर संडा भी हुंदा ਹੋਰ ਨਾ ਹੋਵੇ ਮੱਝਾਂ ਨੂੰ ਪਰੇ ਕਰਕੇ ਤੇ ਤੇਰੇ ਨਾਲ ਵੀ ਗੁੱਛਾ ਗੁੱਛੀ ਹੋਇਆ ਹੋਵੇ ਉਹ ਇਹ ਸੰਧਾ ਕੀ ਹੁੰਦਾ ਬਸ ਇਹ ਇਲੈਕਟ੍ਰੀਸ਼ੀਅਨ ਹੁੰਦਾ ਇਲੈਕਟ੍ਰੀਸ਼ੀਅਨ ਹਾਂ ਰਾਉਂਡ ਕਰਕੇ ਤੇ ਅਚਾਨਕ ਬਲਬ ਲਾਉਂਦਾ ਫਿਰ ਰਾਉਂਡ ਤੇ ਪੂਰੇ ਪਿੰਡ 'ਚ ਕੋਈ ਹੁੰਦਾ ਲਾਹੌਰ 'ਚ ਤਾਂ ਹੁੰਦਾ ਹੀ ਨਹੀਂ ਤੂੰ ਬਲਬ ਲਾ ਲਿਆ ਜੀ ਤੇ ਬਟਨ ਤੇ ਥੱਲੇ ਕਰ ਆ ਕੇ ਚਵਲ ਮਾਸ਼ਾਅੱਲਾ ਬੜੀ ਪਿਆਰੀ ਹੈ ਆਪ ਵੈਸੇ ਅੱਛਾ ਭਾਬੀ ਵਰਗਾ ਮੂੰਹ ਇਹਦਾ ਇਹੋ ਜੀ ਕੁੜੀ ਅਕਸਰ ਮੇਰੇ ਕੋਲ ਵੱਡੀ ਭਾਬੀ ਸਾਡੀ ਮੇਰੀ ਗੱਲ ਸੁਣ ਮੈਂ ਤੇਰੇ ਨਾਲ ਵਿਆਹ ਕਰਦਾ ਭਾਬੀ ਸ਼ਾ ਵੀ ਨਾ ਦੱਸ ਮੈਨੂੰ ਮੈਂ ਸਰ ਸ਼ਾਦੀ ਨਹੀਂ ਕਰ ਸਕਦਾ ਮਜਾ ਤੁਸੀਂ ਵੀ ਮੈਨੂੰ ਵਿਆਹ ਕਰਨਾ ਹਾਂ ਚਲੋ ਠੀਕ ਹੈ ਕੀ ਤੇਰੇ ਨਾਲ ਵਿਆਹ ਕਰਨਾ ਤੇਰੇ ਨਾਲ ਵਿਆਹ ਕਰਨਾ ਤਿੰਨ ਦਿਨ ਇੱਧਰ ਤਿੰਨ ਦਿਨ ਇੱਧਰ ਲੈ ਐਡਾ ਤੂੰ ਚਲਾਕ ਸਤਵੇਂ ਦਿਨ ਕਿੱਥੇ ਜਾਣਾ ਹੈ ਜੁਮਾ ਨਾ ਪੜਾ ਹੁਣ ਮੈਂ ਮਰ ਜਾ ਹੁਣ ਇਸੇ ਕੰਮ 'ਚ ਕਿਵੇਂ ਮਰ ਜਾਏਗਾ ਤੂੰ ਮੈਂ ਕਿਵੇਂ ਮਰ ਜਾਏਗਾ थोड़ी जी सख्ती जी टैंकी ते रखदे पिछे बुढ़ी नूं फड़ा दे बुढ़ी विजे ने एक पासे बच्चा एक पासे हेलमेट उह घबरा के हेलमेट खड़ाउण लग पई ओहो बच्चा ते मेरा है बच्चा ते मेरा है कौमा अपने पैरां ते ओह खलोंदियां ने केड़ियां जिहड़ियां सुरख इशारे ते खलोंदियां गुड शॉट ਆ ਜੀ ਗੁੱਛਾ ਅੱਜ ਤੱਕ ਸੁਰਤ ਸਾਰੇ ਤੇ ਨਹੀਂ ਖਲੋਤਾ ਕਿਉਂ ਗੁੱਛਾ ਹੁੰਦਾ ਹੀ ਪੈਦਲ ਤੇ ਬੱਚੀ ਬੱਚੀ ਤੇਰੀ ਦੀ ਸਜਾਵਟ ਤੇ ਕਮ ਸੇ ਕਮ ਸਵਿਕਲ ਹੀ ਹੈਗੀ ਹੈ ਤੇ ਤੂੰ ਪੈਦਲ ਹੈ ਉਹ ਮੈਂ ਕੋਈ ਗੁੱਛਾ ਤੇ ਰੇੜੀ ਤੇ ਹੁੰਦਾ ਹੈ ਹਾਂ ਇਹ ਕਹੇ ਤੁਸੀਂ ਚੰਦੀਆਂ ਸੁਖ ਲੈਣਾ ਹਾਂ ਫੌਤ ਹੋ ਜਾ ਆਹੋ ਐਸੇ ਟੇਸਟ ਤੇ ਕਰੋ ਮੇਰਾ ਕਹਿਣ ਦਾ ਮਤਲਬ ਐਡੀ ਪਿਆਰੀ ਜਿਹੜਾ ਟੁਰ ਕੇ ਉਧਰ ਜਾਈ ਤੂੰ ਜੀ ਆਓ ਠੀਕ ਹੈ ਵਾਹ 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 ਚਲ ਵਾਪਸ ਆ ਵਾਪਸ ਆ ਜਾ ਵਾਹ 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 ਜਦੋਂ ਮਰਜ਼ੀ ਖਲੋ ਕੇ ਤੁਸੀਂ ਬਲਬ ਲਾ ਸਕਦੇ ਕਾਕਾ ਤੁਸੀਂ ਦੋਵੇਂ ਦੇ ਪੈਰ ਆ ਕਾਕਾ ਤੁਸੀਂ ਦੋਵੇਂ ਵੇਲੇ ਉਹ ਤੇ ਮੇਰਾ ਕੰਮ ਕਰਦੇ ਕੀ ਚਾਚਾ ਜੀ ਸਵੇਰ 4 ਵਜੇ ਤੁਸੀਂ ਸਟੇਡੀਅਮ ਪਹੁੰਚ ਜਾ ਓਕੇ ਉੱਥੇ ਕੁੱਤਿਆਂ ਦੀ ਦੌੜ ਮੈਂ ਤੁਹਾਡੇ ਨਾਲ ਆ ਗਿਆ ਆ ਤੇ ਚਾਚਾ ਜੀ ਤੁਸੀਂ ਸਵੇਰੇ ਰਾਵੀ ਦੇ ਪੁਲ ਤੇ 9:43 ਮਿੰਟਾਂ ਤੇ ਪਹੁੰਚ ਜਾਣਾ वादा करो तुसी हुण तलाक नहीं लवोगे मान लो तलाक ना लवो ठीक है वैसे विच कितें लगी फगी ला लिया करो लाहौर आ गया शहर शहर ਕਿੰਨੀ ਪਹਿਲੇ ਵਾਰੀ ਹਾਂ ਮੇਰੀ ਵਾਰੀ ਆ ਜਾ ਫਿਰ ਚਾਚਾ ਆਪਣਾ ਕੁੱਕੜ ਲੜਾਣ ਗਿਆ ਤੇ ਦੂਜੇ ਕੁੱਕੜ ਦੇ ਕੁੱਕੜ ਨੂੰ ਠੂਗਾ ਮਾਰੇ ਤੇ ਦੌੜ ਗਿਆ ਮੈਂ ਕਿਹਾ ਤੇਰਾ ਕੁੱਕੜ ਦੌੜ ਗਿਆ ਕਹਿੰਦਾ ਦੌੜੇ ਨਹੀਂ ਪਿਸਤੌਲ ਲੈਣ ਗਿਆ